ਕੀ ਹੋ ਗਿਆ, ਬਾਪੂ ਮਰ ਗਿਆ? ਐ ਕਰੋ ਪੱਲੀ ਵਿਛਾਓ, ਤੁਸੀਂ ਬੈਠੋ, ਮੈਂ ਖਾਣਾ ਖੁਣਾ ਖਾ ਕੇ ਆਇਆ, 2 ਮਿੰਟ ਰੈਸਟ ਕਰ ਲੈਣ ਦੋ, ਭੁੱਖੇ ਤੋਂ ਮੈਂ ਤੋਂ ਰੋਇਆ ਵੀ ਨਹੀਂ ਜਾਣਾ। ਤੁਰ ਫਿੱਟੇ ਮੂੰਹ ਤੇਰੇ ਇਹੋ ਜਿਹੇ ਦੇ, ਮੈਂ ਗੋਲੀ ਨਹੀਂ ਵੱਜੀ ਤੇਰੇ ਬਾਪੂ ਦੇ, ਚੰਗਾ ਭਲਾ ਹੈ ਉਹ ਤਾਂ। ਉਹ ਫਿਰ ਕੀ ਹੋ ਗਿਆ? ਮੈਂ ਪੁੱਤ ਨਜਾ ਰਿਹਾ, ਮੈਂ ਤੇਰੇ ਭਾਈ ਦਾ ਐਕਸੀਡੈਂਟ ਹੋ ਗਿਆ, ਟਰੈਕਟਰ ਉਲਟ ਗਿਆ ਉਹਦਾ ਤਾਂ। ਕਹਿੰਦੇ ਸੰਗਰੂਰੋਂ ਜਵਾਬ ਦੇ ਤਾ ਪੁੱਤ ਤੇਰੇ ਭਾਈ ਨੂੰ, ਉਹਨੂੰ ਤਾਂ ਲੁਧਿਆਣੇ ਦੇ ਵੱਡੇ ਹਸਪਤਾਲ ਚ ਦਾਖਲ ਕਰਾ ਤਾ ਪੁੱਤ। ਤੈਨੂੰ ਕੌਣ ਕਹਿੰਦਾ ਮਾਈ? ਲਾਏ ਪੁੱਤ ਉਹ ਗਾਇਬੀ ਗਵਈਆ ਨੀ ਹੈਗਾ, ਈਲਵਾਲ ਲਾਉਣ ਗਿਆ ਸੀ ਖਾੜਾ, ਉਹਨੇ ਦੱਸਿਆ ਮੈਨੂੰ ਤਾਂ। ਓਏ ਉਹ ਤਾਂ ਜੇਲ੍ਹ ਚ ਹੈ, ਉਈ ਭਕਾਈ ਮਰੀ ਜਾਂਦੀ ਹੈ। ਬੈ ਨਹੀਂ ਨਹੀਂ ਪੁੱਤ, ਲੈ ਤੂੰ ਮੇਰੀ ਗੱਲ ਸੁਣ, 6-7 ਦਿਨ ਹੋ ਗਏ ਪੁੱਤ, ਉਹ ਤਾਂ ਛੁੱਟੀ ਆ ਗਿਆ ਘਰੇ ਹੁਣ, ਛੱਡ ਤਾ ਜੇਲ ਆ ਲੈਣੇ ਉਹਨੂੰ। ਬੂ ਮੈਂ ਮਰ ਗਈ, ਮੈਂ ਪੁੱਤ ਤੇਰੇ ਵੱਡੇ ਭਾਈ ਦੇ ਨਿੱਕੇ ਨਿੱਕੇ ਜਵਾਕ, ਕੀ ਬਣੂਗਾ ਬਲੂਰਾਂ ਦਾ। ਬਿਨ ਜਾ ਰਿਹਾ, ਕਹਿੰਦੇ ਤੇਰੀ ਭਰਜਾਈ ਦੇ ਤਾਂ ਉਹਦੇ ਦੀਆਂ ਦੰਦਣਾ ਪਈ ਜਾਂਦੀਆਂ ਪੁੱਤ। ਬੇ ਪੁੱਤ ਦੇਖ ਹੁਣ ਤੂੰ ਚਿਰ ਨਾ ਲਾ, ਬੇ ਹਸਪਤਾਲ ਵਗ ਜਾ ਛੇਤੀ, ਆਪਦੇ ਭਾਈ ਕੋਲ ਹੀ ਰਹੀ। ਦੇਖ ਪੁੱਤ ਕੱਪੜਿਆਂ ਦਾ ਫਿਕਰ ਨਾ ਕਰੀ ਤੂੰ, ਮੈਂ ਤੇਰੇ ਬਾਪੂ ਜੀ ਦੇ ਹੱਥ ਭਰ ਕੇ ਝੋਲਾ ਤੇਰੇ ਕੱਪੜਿਆਂ ਦਾ ਮਗਰੀ ਭੇਜ ਦੂ ਪੁੱਤ ਤੇਰੇ, ਆਏ ਕਰ ਹੁਣ ਤੂੰ ਵਗ ਜਾ ਛੇਤੀ ਦੇ ਲੈ ਕੇ। ਦੇਖਿਆ ਮਾਂ, ਜੈਸਾ ਬੰਦਾ ਬੀਜਦਾ ਵੈਸੇ ਹੀ ਵੱਢਦਾ। ਮੇਰੇ ਭਰਾ ਨੇ ਮੇਰੇ ਨਾਲ ਬੜੀਆਂ ਕਰੀਆਂ ਸੀ, ਮਰੇ ਪਿਓ ਦਾ ਗੁੱਠਾ ਲਵਾ ਲਿਆ, ਸਾਰੀ ਜ਼ਮੀਨ ਆਪਦੇ ਨਾਂ ਕਰਵਾ ਲਈ, ਮੇਰੇ ਨਾਲ ਬੜੀਆਂ ਕਰੀਆਂ ਇਹਨਾਂ ਨੇ। ਪੁਰਾਣਾ ਘਰ ਮੈਨੂੰ ਦੇਤਾ ਅਤੇ ਨਵਾਂ ਘਰ ਆਪ ਰੱਖ ਲਿਆ, ਉਹਦੇ ਘਰੇ ਦੇਰ ਹੈ, ਅੰਧੇਰ ਨਹੀਂ। ਬੇ ਪੁੱਤ ਮਿੱਟੀ ਪਾ ਤੂੰ ਪੁਰਾਣੀਆਂ ਗੱਲਾਂ ਤੇ, ਹੈ ਫਿਰ ਵੀ ਖੂਨ ਹੈ ਤੇਰਾ, ਭੁੱਲ ਜਾ ਮੇਰਾ ਪੁੱਤ, ਭੁੱਲ ਜਾ ਸਾਰੀਆਂ ਗੱਲਾਂ ਪਿੱਛੇ, ਹੈ। ਹਾਂ ਨੋਹਾਂ ਨਾਲੋਂ ਮਾਸ ਅਲੱਗ ਨਹੀਂ, ਲੈ ਹੋਰ ਫਿਰ ਵੀ ਮੇਰਾ ਮਾਂ ਜਾਇਆ ਭਾਈ ਆ, ਉਹ ਹੁਣ ਭਾਈ ਆ ਤੇਰੇ ਖਾਨੇ ਚ। ਪਰ ਗੱਲ ਸੁਣ ਮਾਂ, ਮੈਂ ਕਿਵੇਂ ਭੁੱਲ ਜਾ, ਉਸ ਭਾਈ ਨੇ ਮੈਨੂੰ ਬੇਘਰ ਕਰਿਆ, ਜਿਸ ਕਰਕੇ ਮੈਂ ਘਰ ਛੱਡੀ ਬੈਠਾ, ਜੇ ਉਹ ਮਰ ਵੀ ਗਿਆ ਨਾ ਮੈਂ ਫਿਰ ਵੀ ਨਹੀਂ ਜਾਂਦਾ। ਮੇਰਾ ਰੱਬਾ ਕਿੰਨਾ ਟੀਟ ਹੈ ਨੀ ਇਹ। ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ, ਜੱਟ ਜਿਹਾ ਬੰਦਾ ਪੂਰੀ ਦੁਨੀਆ ਤੇ ਨਹੀਂ, ਮੈਂ ਕਿਹਾ ਜੱਟ ਜਿਹਾ ਬੰਦਾ ਪੂਰੀ ਦੁਨੀਆ ਤੇ ਨਹੀਂ। ਡਬਲ ਪਾਵਰ USB ਚਾਰਜਰ ਫਰਮ ਦਾ ਹਾਊਸ ਆਫ ਚਿੜੀ। ਭੂਆ ਤੈਨੂੰ ਇੱਕ ਗੱਲ ਦਾ ਪਤਾ ਲੱਗਿਆ? ਨੀ ਨਾ ਕਿਹੜੀ ਗੱਲ ਤੂੰ? ਨੀ ਆਹੀ ਨਾਜਰ ਦੀ ਬਹੂ ਦੇ ਘਰ ਫੇਰ ਨਿੱਕਾ ਨਿਆਣਾ ਹੋਣ ਵਾਲਾ। ਮੈਂ ਮੱਚ ਗਈ, ਨੀ ਅੰਤਰੀ ਨੂੰ ਸ਼ਰਮ ਨਹੀਂ ਆਉਂਦੀ, ਧੌਲਾ ਝਾਟਾ ਹੈ, ਜਮ ਜਮ ਕੇ ਅੰਤਰੀ ਨੇ ਘਰ ਭਰਤਾ। ਘਰ ਵਾਲਾ ਕੀ ਕੰਮ ਕਰਦਾ? ਨੀ ਆਹੀ ਕੰਮ ਕਰਦਾ। ਭੂਆ ਨੀ ਜੇ ਤੂੰ ਵੀ ਟਾਈਮ ਨਾਲ ਵਿਆਹ ਕਰਾ ਲੈਂਦੀ, ਅੱਜ ਤੂੰ ਵੀ ਪੋਤਿਆਂ ਵਾਲੀ ਹੋਣਾ ਸੀ। ਮਹੋਲੇ ਵੀ ਨੀ ਛੱਡੀ ਗਈ, ਜਦੋਂ ਮੇਰਾ ਤੇ ਭਰਪੂਰ ਜਵਾਨੀ ਸੀ ਉਦੋਂ ਦੇਖ ਲਾ, ਮੈਨੂੰ ਕੋਈ ਮੁੰਡਾ ਪਸੰਦ ਨੀ ਸੀ, ਹੁਣ ਕਿਸੇ ਮੁੰਡੇ ਦੇ ਮਾਈ ਨੀ ਪਸੰਦ ਆਉਂਦੀ। ਡਰਦੇ ਆ, ਅਗਲਾ ਕਹਿੰਦਾ ਭਾਨੇ ਭਗੌੜੇ ਦੀ ਭੈਣ ਹੈ, ਕੱਲ ਨੂੰ ਭਗਵਾਨੇ ਬੰਦੇ ਨੂੰ ਕਹੂਗਾ ਮੇਰੀ ਭੈਣ ਇਹਨੂੰ ਭੈਣ ਵਾਂਗੂ ਸਮਝੀ। ਭਗਵਾਨਾ ਬੰਦਾ ਕਿੱਥੇ ਭੈਣ ਵਾਂਗੂ ਸਮਝ ਦੋ, ਨਾਲੇ ਮੇਰਾ ਵੀ ਕਤੇ ਬੈਠਾ ਹੋ ਸੁਪਨਿਆਂ ਦਾ ਰਾਜਕੁਮਾਰ, ਐਡੀ ਲੰਮੀ ਕਾਰ ਚ ਮੈਨੂੰ ਲੈਣ ਆਊਗਾ। ਨੀ ਭੂਆ ਕੀ ਹੁੰਦਾ? ਜਾਏ ਖਾਣਾ ਪੰਜਾਬ ਦਾ ਤਾਂ ਬੁਰਾ ਹਾਲ ਹੋਇਆ ਪਿਆ, ਨੀ ਲਾਸ ਆ, ਡਰ ਨਾ, ਆਹ ਸਰਕਾਰੂ ਨਸ਼ਾ ਖਾ ਕੇ ਮਰੀ ਜਾਂਦੇ ਆ। ਸਰਕਾਰੂ ਚਿੱਟੇ ਬੇਬੇ ਸੱਪ, ਬੇਬੇ ਖਾਲੀ, ਬੇਬੇ ਖਾਲੀ, ਬੇਬੇ ਨੂੰ, ਬੇਬੇ ਖਾਲੀ, ਬੇਬੇ ਨੂੰ, ਬੇਬੇ ਚੜ ਤੇ ਬੇ, ਬੇਬੇ ਕੰਮ ਜਾ ਰਿਹਾ ਏ, ਬੇ ਨਾ ਜਾ ਰਿਹਾ, ਬੇ ਤੂੰ ਗਿਆ ਨਹੀਂ ਜਿੱਥੇ ਤੇਰੇ ਵਰਗੀਆਂ ਸਾਲੀਆਂ ਹੁਣ, ਉੱਥੋਂ ਜਾਣ ਨੂੰ ਕਿਹਦਾ ਜੀ ਕਰਦਾ, ਕਿਉਂ ਭੂਆ? ਮਾਰਿਆ ਨਾ ਲਫੜਾ ਬਾਂਦਰ ਮੂੰਹਾਂ ਜਦੇ, ਪਾਕਿਸਤਾਨ ਜਾ ਕੇ ਨਿਕਲੇਗਾ, ਮੈਂ ਤੇਰੀ ਭੂਆ ਨੀ, ਸਾਲੀ ਲੱਗਦੀ ਆ ਚੰਦਰਿਆ। ਹਾਏ ਹਾਏ, ਲੈ ਵੀ ਅੱਜ ਤੋਂ ਬਾਅਦ ਭੂਆ ਤੈਨੂੰ ਸਾਲੀ ਆਖਿਆ ਕਰੂੰਗਾ। ਵੇ ਜੀਜਾ, ਭੂਆ ਗੱਲ ਕਹਿ ਕੇ ਤਾਂ ਤੂੰ ਮੇਰਾ ਦਿਲ ਖਸ ਕਰਤਾ, ਵੇ ਗੱਲ ਸੁਣ ਜੀਜਾ, ਬੀਆਂ ਦਾ ਮੇਰੇ ਮੁਗਲਾਂ ਚ ਕੂਪਣ ਤਾਂ ਪਵਾ ਦੇ। ਬੋਲੀ ਬੋਲ ਚੰਦਰੀਏ, ਕਿਸੇ ਨੇ ਸੁਣ ਲਿਆ ਨਾ ਗੱਲਾਂ ਬਣ ਜਾਣਗੀਆਂ। ਲਾ ਪਿੰਡ ਚ ਕੋਈ ਵੀ ਬੰਦਾ ਕਹਿੰਦਾ ਵੀ ਭਾਨੋ ਗਲਤ ਆ, ਭਾਨੋ ਗਲਤ ਹੋ ਹੀ ਨਹੀਂ ਸਕਦੀ, ਤੂੰ ਗਲਤ ਹੋ ਹੀ ਨਹੀਂ ਸਕਦੀ।
ਗੱਲ ਸੁਣ ਜੀਜਾ ਜੀ, ਤੁਸੀਂ ਤਾਂ ਸਾਰੀ ਦੁਨੀਆ ਕੰਮ ਦੀ, ਤੁਸੀਂ ਦੱਸੋ ਵੀ ਭਾਨੋ ਗਲਤ ਹੋ ਸਕਦੀ ਆ? ਭਾਨੋ ਤਾਂ ਗਲਤ ਹੋ ਹੀ ਨੀ ਸਕਦੀ। ਕਰ ਟਾ ਦਿੱਤੇ ਪੇਤੀਆਂ ਨੇ ਉਹ ਨਸ਼ਿਆਂ ਨੇ, ਪੁੱਤ ਖਾ ਲੈ ਜੱਟ ਖਾ ਲੈ ਖੇਤੀਆਂ ਨੇ, ਹਾਏ ਜੱਟ ਖਾ ਲੈ ਨੇ ਖੇਤੀਆਂ ਨੇ। ਸਹੀ ਗੱਲ ਹੈ, ਆਈ ਹੁੰਦਾ ਮੈਂ 40 ਸਾਲ ਜੱਟਾਂ ਨਾਲ ਸ਼ੀਰੀ ਰਲਦਾ ਰਿਹਾ, ਆਈ ਹੁੰਦਾ। ਵੇ ਗਾਇਬੀ, ਤੂੰ ਯਾਰ ਜੇਲ੍ਹ ਕਾਹਦਾ ਉੱਠ ਗਿਆ ਸੀਗਾ? ਪਿੰਡ ਸਾਰਾ ਚੁੰਨਿਆ ਚਨੋਰ ਹੋ ਗਿਆ ਸੀ। ਅੱਗੇ ਤੂੰ ਕਦੇ ਗਾਉਂਦਾ ਇਸ ਗਲੀ 'ਚ ਤੁਰਿਆ ਜਾਂਦਾ ਸੀ, ਕਦੇ ਇਸ ਗਲੀ 'ਚ ਤੁਰਿਆ ਜਾਂਦਾ ਸੀ। ਪਿੰਡ 'ਚ ਤਾਂ ਗੱਲਾਂ ਹੁੰਦੀਆਂ ਸੀ ਬਈ, ਗੈਵੀ ਗਵਈਏ ਦੇ ਅੱਤਵਾਦੀਆਂ ਨਾਲ ਸੰਬੰਧ ਆ। ਉਹ ਤੇਰੀ ਤਾਂ ਜਮਾਨਤ ਨਹੀਂ ਸੀ ਹੁੰਦੀ ਪਤੰਦਰਾ, ਤਾਂ ਤੂੰ ਬਰੀ ਕਿਵੇਂ ਹੋ ਗਿਆ ਬਾਈ? ਲੈ ਮੈਂ ਜੇਲਰ ਦੇ ਹੱਕ 'ਚ ਗਾਣਾ ਗਾਤਾ, ਉਹ ਤਾਂ ਫੈਨ ਹੋਇਆ ਫਿਰੇ ਮੇਰਾ, ਸਾਰੇ ਏਰੀਏ 'ਚ ਚੜ੍ਹਾਈ ਕਰਾਤੀ ਜੇਲਰ ਦੀ। ਉਹ ਤਾਂ ਪਤੰਦਰ ਮੈਨੂੰ ਆਪਦੀ ਕੁੜੀ ਦਾ ਰਿਸ਼ਤਾ ਕਰਨ ਨੂੰ ਫਿਰੇ। ਮੈਂ ਕਿਹਾ ਬਈ ਪਹਿਲਾਂ ਮੈਨੂੰ ਕੈਰੀਅਰ ਬਣਾ ਲੈਣ ਦੇ, ਮਸਾਂ ਖੜਾ ਛੁਡਾਇਆ ਬਈ ਮੈਂ ਤਾਂ ਉਹ ਤੋਂ। ਓਏ ਹੱਸਣ ਦੀ ਗੱਲ ਨਹੀਂ, ਮੈਂ 20 ਵਾਰੀ ਜੇਲ੍ਹ ਗਿਆ, ਐ ਹੁੰਦਾ ਸੱਚੀ ਗੱਲ ਹੈ ਜੀ। ਅੱਛਾ ਗਏ ਵੀ ਤੂੰ ਮੇਰਾ ਭਾਈ ਆ, ਮੇਰਾ ਦੋਸਤ ਆ, ਮੈਂ ਤੈਨੂੰ ਤਾਂ ਮੈਨੂੰ ਜੇ ਤੂੰ ਭਾਨੇ ਭਗੌੜੇ ਤੇ ਗਾਣਾ ਬਣਾਵੇਂ, ਮੇਰੀ ਵੀ ਚੜ੍ਹਾਈ ਕਰਦੇ ਸਾਰੀ ਦੁਨੀਆ 'ਚ। ਲੈ ਐਡੀ ਕਿੱਡੀ ਕੁ ਗੱਲ, ਮੈਂ ਤਾਂ ਸਾਰੇ ਪਿੰਡ ਦੇ ਬੰਦਿਆਂ ਤੇ ਗਾਣੇ ਲਿਖੇ ਹੋਏ ਨੇ। ਲੈ ਸੁਣਿਆ ਦੇ ਯਾਰ, ਉਹ ਗੱਜੇ ਵੀਡੀਓ ਬਣਾ ਦੇ ਯੂਟਿਊਬ ਤੇ ਪਾਵਾਂਗੇ ਯੂਟਿਊਬ ਤੇ। ਚੀਨੀ ਮਾਂ ਨੇ ਜੰਮਿਆ ਭਾਨਾ ਮਰਦ ਦਲੇਰ ਬੜਾ, ਦੁਨੀਆ ਥਰ ਥਰ ਕੰਬਦੀ ਇਹ ਹੈ ਬੱਬਰ ਸ਼ੇਰ ਬੜਾ। ਅਣਖ ਇੱਜ਼ਤ ਦੀ ਰੋਟੀ ਖਾਵੇ ਮਿਹਨਤ ਕਰਦਾ ਜੀ, ਦੁਨੀਆ ਤੇ ਕੋਈ ਮਰਦ ਨਾ ਹੋਣਾ ਭਾਨੇ ਵਰਗਾ ਜੀ, ਉਹ ਦੁਨੀਆ ਤੇ ਨਾ ਮਰਦ ਹੋਣਾ ਕੋਈ ਭਾਨੇ ਵਰਗਾ ਜੀ, ਦੁਨੀਆ ਤੇ ਨਾ ਮਰਦ ਹੋਣਾ ਕੋਈ ਭਾਨੇ ਵਰਗਾ ਜੀ। ਉਹ ਦੋਵੇਂ ਕੁੜੀਆਂ ਨੱਚ ਕੇ ਪੈਸਾ ਖੂਬ ਬਣਾਉਂਦੀਆਂ ਨੇ, ਮਾਡਲ ਬਣ ਗਈਆਂ ਨੇ ਦੋਵੇਂ ਟੀਵੀ ਤੇ ਆਉਂਦੀਆਂ ਨੇ। ਕਹਿ ਵੀ ਸੱਚ ਸੁਣਾਵੇ ਨਾ ਕੋਈ ਰੱਖਦਾ ਪਰਦਾ ਜੀ, ਦੁਨੀਆ ਤੇ ਨਾ ਮਰਦ ਹੋਣਾ ਕੋਈ ਭਾਨੇ ਵਰਗਾ ਜੀ। ਤੈਨੂੰ ਕਿਹੜਾ ਮੇਰੇ ਛਾਲੇ ਨੇ ਸਿੰਗਰ ਬਣਾਇਆ? ਕਿਸੇ ਦੀ ਲੱਤ ਫੜ ਲੈਣਾ ਕਿਸੇ ਦੀ, ਤੂੰ ਸਾਡੀ ਛਿੰਦੇ ਦਾ ਗਲਤ ਦੇਖਿਆ ਕੀ ਹੈ? ਮੇਰੇ ਛਾਲੇ ਖੜ ਜਾ ਖੜ ਜਾ ਖੜ ਜਾ, ਓ ਨਾ ਪਾਣੇ ਓਏ ਨਾ, ਹਾਏ ਹਾਏ, ਉਹ ਮੇਰੀ ਬੇਇੱਜ਼ਤੀ ਹੋ ਜੇ ਉਹ ਪਿੰਡ 'ਚ, ਕਰ ਦਿੰਦੇ ਫੋਟੋ ਡਿਲੀਟ ਕਰ, ਵੀਡੀਓ ਡਿਲੀਟ ਕਰਤੀ ਕਰ ਕਰ ਨਾ, ਬਈ ਨਹੀਂ ਛਾਲੇ ਨਹੀਂ ਚੱਲਿਆ। ਓਏ ਅੱਛਾ ਜਾ, ਓਏ ਆ ਲੈ ਆ ਲੈ ਇਹ ਵੱਡਾ ਫੋਨ ਗੁਰਦਾਸ ਮਾਨਕ ਦਾ, ਓਏ ਹਣ ਭੱਜਿਆ ਕਵਾ। ਇਹ ਕੀ ਕਰੀਆਂ ਨਹੀਂ? ਆਪਾਂ ਨਹੀਂ ਰਹਿਣਾ ਇੱਥੇ, ਆਪਣਾ ਘਰ ਆਪਣਾ ਹੀ ਹੁੰਦਾ, ਮੈਥੋਂ ਨਹੀਂ ਸੁਣੇ ਜਾਂਦੇ ਹੁਣ ਮਾਂ ਬਾਪ ਦੇ ਮੀਨੇ। ਉਹ ਕਮਲੀਏ, ਜਦੋਂ ਕੀ ਆਪਦਾ ਝਟਕਦਾ ਨਾ ਤਾਂ ਸਮਝੋ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਉਹ। ਓਹੋ ਮੈਂ ਇੱਦਾਂ ਨਹੀਂ ਕਹਿ ਰਹੀ, ਪਰ ਤੁਹਾਨੂੰ ਪਤਾ ਮੈਂ ਨਾ ਲਾਲਾਂ ਵਾਲੇ ਬਾਬੇ ਦਾ ਰੋਟ ਦੇ, ਸ਼ਹੀਦਾਂ ਵਾਲੇ ਬਾਬੇ ਦੀ ਕੜਾਈ ਦੇਣੀ ਹੈ ਤੇ ਬੇਬੇ ਬਾਪੂ ਦਾ ਸ਼ਰਾਧ ਵੀ ਕਰਨਾ। ਚਲੋ ਹੁਣ ਆਪਾਂ ਆਪਣੇ ਘਰ ਚੱਲੀਏ। ਬਈ ਦੇਖ, ਜਿਹੜੇ ਉੱਥੇ ਵਾਲੇ ਬਾਬੇ ਨੇ ਨਾ, ਉਹਨਾਂ ਨੇ ਆਪਣਾ ਕੰਮ ਨਹੀਂ ਕਰਨਾ, ਉਹ ਇੱਥੇ ਵਾਲੇ ਬਾਬੇ ਕੰਮ ਕਰਨਗੇ। ਧੀ ਧਿਆਣੀ ਦੀ ਤਾਂ ਬਾਬੇ ਵੱਧ ਸੁਣਦੇ ਹੁੰਦੇ ਨੇ। ਓਹੋ ਉੱਥੇ ਤਾਂ ਆਪਣਾ ਸਾਰਾ ਕੁਝ ਹੈਗਾ, ਇੱਥੇ ਆਪਣਾ ਕੀ ਹੈਗਾ? ਉੱਥੇ ਕੀ ਹੈ ਮੇਰਾ? ਮਾਂ ਨੀ ਬਾਪ ਨੀ, ਭਰਾ ਮੇਰੀ ਜਾਨ ਦਾ ਦੁਸ਼ਮਣ ਹੈ। ਤੂੰ ਚਾਹੁੰਦੀ ਹੈ ਕਿ ਭਰਾ ਮੇਰਾ ਨੁਕਸਾਨ ਕਰੇ? ਓਹੋ ਮੈਂ ਕਿਹਾ ਜੀ ਮੈਂ ਥੋੜ੍ਹੀ ਚਾਹੁੰਦੀ ਹਾਂ। ਜੀਤੋ, ਇਸ ਘਰ ਦੇ ਵਿੱਚੋਂ ਤੇਰੀ ਡੋਲੀ ਉੱਠੀ ਸੀ ਤੇ ਮੇਰੀ ਅਰਥੀ ਉੱਠੂ। ਮੇਰੀ ਹੈਂ ਤਾਂ ਮੈਨੂੰ ਝੂਠੀ ਮੁੱਠੀ ਕੁੱਟਣਾ? ਅੱਛਾ, ਮੈਂ ਮਾਰੂੰਗੀ ਉੱਚੀ ਉੱਚੀ ਚੀਕਾਂ। ਠੀਕ ਹੈ, ਧਿਆਨ ਨਾਲ ਮਾਰੀ, ਦੇਖੀ ਕਿਤੇ ਮੇਰੀ ਲੱਤ ਬਾਹ ਤੋੜ ਦੇ ਤੂੰ। ਨਾ ਨਾ ਵੇਖ, ਜੇ ਟੁੰਡੇ ਹੱਥ ਨਾ ਵੱਜ ਗਈ ਨਾ ਗਿਆਨ ਗੁਰੇ, ਤੂੰ ਗੁੱਸਾ ਨਾ ਕਰੀ। ਨਾ ਨਾ ਨਾ, ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ, ਜਿਹੜੀਆਂ 3-4 ਗੱਲਾਂ ਮੈਂ ਤੈਨੂੰ ਸਮਝਾਉਣੀਆਂ ਨਾ, ਤੋਤੇ ਵਾਂਗੂ ਰੱਟ ਲੈ, ਐਵੇਂ ਨਾ ਕੁੱਤੇ ਵਾਂਗੂ ਕੁਛ ਹੋਰ ਹੀ ਭੌਂਕੀ ਜਾਈ। ਇੱਕ ਤਾਂ ਤੂੰ ਕਹਿਣਾ ਵੀ ਲਾਲੇ ਦਿਓ ਇੰਨਾ ਸੌਦਾ ਕਿਵੇਂ ਆ ਗਿਆ? ਲਾਲੇ ਦਾ ਸੌਦਾ? ਹਾਂ ਵੀ ਇੰਨਾ ਪੈਸਾ ਕਿਵੇਂ ਚੜ ਗਿਆ ਸਿਰ? ਹਾਂ, ਦੂਜਾ ਤੂੰ ਕਹਿਣਾ ਵੀ ਸੱਜ ਧੱਜ ਕੇ ਕਿੱਥੇ ਜਾਂਦੀ ਆ ਤੂੰ ਰੋਜ਼ ਬਾਹਰ? ਕਿੱਥੇ ਜਾਂਦੀ? ਤੇ ਤੀਜਾ ਤੂੰ ਕਹਿਣਾ ਵੀ ਮੀਟ ਨਹੀਂ ਬਣਾ? ਮੀਟ ਨਹੀਂ ਬਣਾ? ਹਾਂ ਲਾਲੇ ਆਲਾ, ਹਾਂ ਮੀਟ ਆਲਾ, ਤੇ ਸੱਜ ਧੱਜ ਕੇ ਕਿੱਥੇ ਜਾਂਦੀ ਆ? ਕਿੱਥੇ ਜਾਂਦੀ ਆ? ਠੀਕ ਹੈ ਨਾ, ਚੰਗਾ ਮੇਰੀ ਗੱਲ ਸੁਣ, ਮੈਂ ਹੁਣ ਇੱਥੇ ਪੈਣੀ ਆ, ਆ ਫੜ ਆ ਮਾਰ ਸੋਟੀ ਪਰਾਂ। ਹਾਂ।
ਇਹਦੇ ਨਾਲ ਕੁੱਟ ਮੈਨੂੰ ਹੈ ਮਾਏ ਪੈਣੀ ਆ ਮਾਏ ਮਾਰੂ ਉੱਚੀ ਉੱਚੀ ਚੀਕਾਂ ਤੇ ਮੇਰੀ ਗੱਲ ਸੁਣ ਆ ਬਾਹੀ ਤੇ ਮਾਰੀ ਮੇਰੇ ਨਾ ਮਾਰੀ ਚੰਗਾ ਲੈ ਮਾਏ ਜੇ ਮੇਰਾ ਬਚ ਗਿਆ ਨਾ ਡੰਡਾ ਫੜ ਕੇ ਜੂੰਡਿਆ ਤੋਂ ਮੂੰਗੀ ਚ ਬਾਨੂ ਮਗਾ ਕੇ ਮੈਂ ਤੈਨੂੰ ਹਾਂ ਹਾਂ ਚੱਲ ਚੰਗਾ ਮੈਂ ਪੈਣੀ ਆ ਹੋ ਜਾ ਸ਼ੁਰੂ ਹਾਂ ਬੇ ਇੱਧਰ ਵੀ ਬਾਹੀਆਂ ਤੇ ਮਾਰੀ ਬਸ ਹਾਂ ਆਉਂਦਾ ਹੋਣਾ ਬਚਾ ਮਾਰ ਉਹ ਮਾਰਦੀ ਵੇ ਨਾ ਮਾਰੀ ਨਾ ਮਾਰੀ ਮੈਂ ਨਾ ਮਾਰੀ ਨਾ ਮੈਨੂੰ ਐਂ ਦੱਸ ਕੀ ਆਖਿਆ ਸੀ ਹਾਂ ਹਾਂ ਤੂੰ ਤੂੰ ਲਾ ਲੈ ਤੋ ਸੌਦਾ ਲਿਆਂਦਾ ਮੈਂ ਵੀ ਜਾਂਦੀ ਨਹੀਂ ਤੂੰ ਵੀ ਮੈਂ ਮਾਰਦੀ ਵੇ ਕੀ ਆਖਿਆ ਜਿਹੜੀ ਮਾਂ ਦੇ ਉਹ ਜਿਹੜੀ ਮਾਂ ਦੇ ਮੈਂ ਤੜਕੇ ਉੱਠ ਕੇ ਪੈਰੀਆਂ ਤਲਾਉਣਾ ਇਹ ਮੇਰੀ ਮਾਂ ਨੂੰ ਮਾਰਦਾ ਹੁਣ ਪੁੱਛਦੀ ਆ ਠੀਕ ਹੈ ਮੈਂ ਤੀਵੀਂ ਤੇ ਹਰਾਂ ਪਤਾ ਨੀ ਮਰ ਜਾਣਾ ਕਿਹੜੇ ਕਾਲੇ ਕਾਂ ਖਾ ਕੇ ਜੰਮਿਆ ਮੈਂ ਮੇਰੀ ਹਰੇਕ ਸਕੀਮ ਤੇ ਪਾਣੀ ਫੇਰ ਦਿੰਦਾ ਇਹ ਹਾਂ ਤੇਰੀ ਐ ਸਕੀਮ ਨੇ ਮੇਰੇ ਮਾਰ ਦਗਾ ਤੇ ਮੈਂ ਤੇਰੀ ਪੁੱਠੀ ਸਕੀਮ ਤੇ ਹਰਾਂ ਪਤਾ ਤਾਏ ਮੇਰੀ ਖੱਬੀ ਲੱਤ ਭੰਨਤੀ ਮਾਰ ਕੇ ਡਾਂਗ ਜਾ ਤੋ ਤੇ ਜਲਦੀ ਲਿਆ ਮੈਂ ਤਾਂ ਹੁਣ ਮੋਟਰ ਤੇ ਜਾਣਾ ਐਨਕਾਂ ਮੇਰੀਆਂ ਮੈਂ ਹੁਣ ਤੂੰ ਕਿੱਥੇ ਜਾਣਾ ਮੈਂ ਜਾਣਾ ਮੋਟਰ ਤੇ ਮੈਂ ਨਹੀਂ ਵੜਦਾ ਓਏ ਸੁਣਦਾ ਨਹੀਂ ਨੀ ਜੀਤਾ ਇਹਨੂੰ ਮਰ ਜਾਣਾ ਇਹਨੂੰ ਕਮਰੇ ਚ ਬੰਦ ਕਰਦਾ ਮੈਂ ਮੇਰੀ ਗੱਲ ਤਾਂ ਸੁਣ Edges of blade, range of simple bands, from the house of Chiri. ਮੁੰਡਾ ਮੋਲੇ ਅੱਤ ਵੀ ਤਾਂ ਵਰਗਾ ਮੁੰਡਾ ਮੋਲੇ ਅੱਤ ਵੀ ਤਾਂ ਵਰਗਾ ਕਦਮੜੀ ਦਾ ਸੱਕ ਮਾਰ ਕੇ ਉਂਝ ਕੋਲੋਂ ਲੰਘ ਜਾਣਾ ਵੇ ਤੂੰ ਚੁੱਪ ਕਰਕੇ ਜਿਵੇਂ ਜਾਣਦਾ ਹੀ ਨਹੀਂ ਵੇ ਜਿਵੇਂ ਜਾਣਦਾ ਹੀ ਨਹੀਂ ਓ ਪੂਆ ਤੇਰੇ ਭਾਈ ਭਾਨੇ ਪਕੌੜੇ ਤੇ ਐਡਾ ਸੋਹਣਾ ਗੀਤ ਲਿਖਿਆ ਤੀ ਮੈਂ ਖਬਰਦਾਰ ਜੋ ਮੈਨੂੰ ਪੂਆ ਕਿਹਾ ਭਾਨੋ ਕਿਹਾ ਕਰ ਭਾਨੋ ਤੇਰੇ ਭਾਈ ਨੇ ਸਾਰੇ ਪਿੰਡ ਸਾਹਮਣੇ ਕੁੱਟ ਕੇ ਮੇਰਾ ਜਲੂਸ ਕੱਢਤਾ ਗੱਲ ਸੁਣ ਗਏ ਵੀ ਮੀਂਹ ਦੇ ਤਿਲਕੇ ਦਾ ਤੇ ਭਾਨੇ ਦੇ ਕੁੱਟ ਦਾ ਗੁੱਸਾ ਨੀ ਕਰੀਦਾ ਬਾਈ ਗੁੱਸਾ ਨੀ ਕਰੀਦਾ ਨਾਲੇ ਪਿੰਡ ਦਾ ਕੋਈ ਕਿਸਮਤ ਵਾਲਾ ਹੀ ਬਚਿਆ ਹੋਣਾ ਭਾਨੇ ਦੇ ਚੱਕਰ ਚੁੰਡਿਆ ਤੋਂ ਓਏ ਉਹ ਤਾਂ ਠੀਕ ਹੈ ਪਰ ਮੇਰਾ ਤਾਂ ਕਸੂਰ ਵੀ ਕੁਛ ਨਹੀਂ ਸੀ ਵੇ ਗਾਈ ਵੀ ਆਹ ਗੱਲ ਸੁਣ ਲੈ ਜਿੰਨੇ ਪੰਜਾਬ ਦੇ ਕਲਾਕਾਰ ਆ ਸਾਰੇ ਜੱਟਾਂ ਤੇ ਗਾਣੇ ਗਾਈ ਜਾਂਦੇ ਆ ਭਾਨੋ ਤੇ ਕਿਸੇ ਮਰ ਜਾਣੇ ਦੀ ਨਜ਼ਰ ਹੀ ਨੀ ਪਈਗੀ ਵੇ ਤੂੰ ਹੀ ਕੋਈ ਮੇਰੇ ਤੇ ਗਾਣਾ ਬਣਾ ਦੇ ਭਾਨੋ ਤੇਰਾ ਜਾਣਾ ਕੱਖ ਨੀ ਮੇਰਾ ਰਹਿਣਾ ਕੱਖ ਨੀ ਆਈ ਗੱਲਾਂ ਬਣ ਜਾਣਗੀਆਂ ਮੇਰੀ ਗੱਲ ਸੁਣ ਪਿੰਡ ਵਾਲਾ ਕੋਈ ਕਹਿੰਦਾ ਭਾਨੋ ਨੂੰ ਗਲਤ ਆ ਭਾਨੋ ਗਲਤ ਹੋ ਹੀ ਨਹੀਂ ਸਕਦੀ ਲੈ ਸੁਣ ਫਿਰ ਗੋਲ ਮੋਲ ਗੱਲਾਂ ਉੱਤੋਂ ਗੁੰਦਵਾ ਸਰੀਰ ਗੋਲ ਮੋਲ ਗੱਲਾਂ ਉੱਤੋਂ ਗੁੰਦਵਾ ਸਰੀਰ ਟੋਏ ਪੈਂਦੇ ਜਦੋਂ ਗੱਲਾਂ ਵਿੱਚ ਹੱਸਦੀ ਪੈਂਦੇ
ਜਦੋਂ ਗੱਲਾਂ ਵਿੱਚ ਹੱਸਦੀ ਕਿਹੜਾ ਕਹਿ ਦੂ ਪਾਨੂੰ ਗਲਤ ਹੈ ਪਾਨੂੰ ਰੋਂਗ ਕਦੇ ਨਹੀਂ ਹੋ ਸਕਦੀ ਕਿਹੜਾ ਕਹਿ ਦੂ ਪਾਨੂੰ ਗਲਤ ਹੈ ਪਾਨੂੰ ਰੋਂਗ ਕਦੇ ਨਹੀਂ ਹੋ ਸਕਦੀ ਕਿਹੜਾ ਕਹਿ ਦੂ ਪਾਨੂੰ ਜਿਉਂਦਾ ਰਹਿ ਵੇ ਜਿਉਂਦਾ ਰਹਿ ਕਰਮ ਵਾਲਿਆ ਦਲੇਰ ਮਹਿੰਦੀ ਤੋਂ ਵੱਡਾ ਕਲਾਕਾਰ ਬਣਾਵੇ ਵੇ ਤੇਰੇ ਕੋਲੇ ਛੋਟੇ ਹਾਥੀ ਤੋਂ ਲੈ ਕੇ ਮਰਸਰੀ ਕੁਆਰਾ ਹੋਣ ਵੇ ਝੁੱਗੀ ਤੋਂ ਲੈ ਕੇ ਚੰਡੀਗੜ੍ਹ 'ਚ ਤੇਰੇ ਫਲਾਈਟ ਹੋਣ ਗੱਲ ਸੁਣ ਤੈਨੂੰ ਤਾਜ਼ਾ ਖ਼ਬਰ ਸੁਣਾਉਣੀ ਆ ਆ ਮੱਗਰ ਹੈਰਾਨ ਨੀ ਉਹਨਾਂ ਦੇ ਪ੍ਰਾਹੁਣੇ ਨੇ ਉਹਦਾ ਇੰਜਣ ਕਰਤਾ ਲੈ ਹੋਰ ਮੈਂ ਤਾਂ ਤੈਨੂੰ ਤਾਂ ਮੰਨੂ ਜੇ ਉਹਨੇ ਦਾ ਗਾਣਾ ਬਣਾਵੇ ਲੈ ਸੁਣ ਫਿਰ ਹੋ ਮਾੜਾ ਵਿਧਵਾ ਨੂੰ ਪਾਉਣਾ ਲੀੜਾ ਗੂੜੇ ਰੰਗ ਦਾ ਮਾੜਾ ਵਿਧਵਾ ਨੂੰ ਪਾਉਣਾ ਲੀੜਾ ਗੂੜੇ ਰੰਗ ਦਾ ਸਹੁਰੇ ਕਰ ਕੰਮ ਕੀ ਜਵਾਈ ਨੰਗਦਾ ਸਹੁਰੇ ਕਰ ਕੰਮ ਕੀ ਜਵਾਈ ਨੰਗਦਾ ਵਧੀਆ ਗਾਉਣਾ ਮੇਰਾ ਤਾਂ ਮਨ ਮੋਲਿਆ ਗੱਲ ਸੁਣ ਭੁੰਜੜਿਆ ਆਵਾਜ਼ ਮੇਰੀ ਵੀ ਬਾਹਲੀ ਸੋਹਣੀ ਹੈ ਸਾਰੇ ਕਹਿੰਦੇ ਵੀ ਭਾਨੋ ਬਾਹਲਾ ਵਧੀਆ ਗਾਉਣੀ ਹੈ ਜੇ ਕਿਤੇ ਆਪਾਂ ਦੋਨੇ ਨਾ ਡਿਊਟ ਜੋੜੀ ਬਣਾ ਲਈਏ ਆਪਾਂ ਤਾਂ ਪੰਜਾਬ 'ਚ ਹਿੱਟ ਹੋ ਜਾਵਾਂਗੇ ਤੇ ਨਜ਼ਾਰਾ ਆ ਜਾਇਆ ਕਰੂ ਬੇ ਮੈਨੂੰ ਖਿੱਚ ਲੈ ਵੈਰੀਆ ਖਿੱਚ ਲੈ ਚੁਬਾਰੇ ਵਿੱਚ ਬਾਂਹ ਫੜ ਕੇ ਮੈਨੂੰ ਖਿੱਚ ਲੈ ਵੈਰੀਆ ਖਿੱਚ ਲੈ ਇਸ ਗੰਨੇ ਵਾਲੀ ਟਰਾਲੀ ਨੂੰ ਤਾਂ ਨਾ ਕੋਈ ਆਸ਼ਾ ਟਰੈਕਟਰੇ ਖਿੱਚੂ ਤੂੰ ਇੱਥੇ ਪਿਆ ਕੀ ਕਰੀ ਜਾਣਾ ਹੁਣ ਉੱਠ ਘਰੇ ਚੱਲੀਏ ਨਾ ਨਾ ਮੈਂ ਘਰੇ ਨੀ ਜਾਣਾ ਕਿਉਂ ਮੈਨੂੰ ਪ੍ਰਾਹੁਣਾ ਮਾਰ ਦੂ ਆਏ ਕਿਵੇਂ ਮਾਰ ਦੂਗਾ ਤੈਨੂੰ ਵੇ ਜੇ ਆਪਾਂ ਘਰੇ ਨਾ ਨਾ ਗਏ ਆਏ ਤਾਂ ਉਹਨੇ ਘਰ ਤੇ ਕਬਜ਼ਾ ਕਰ ਲੈਣਾ ਆਇਓ ਜੇ ਕੰਜਰ ਤੇ ਆਏ ਜੇ ਮੇਰੇ ਸਿਰ 'ਚ ਡਾਂਗ ਵਾਈ ਸੀ ਮੇਰਾ ਘੋਗਾ ਚਿੱਤ ਹੋ ਗਿਆ ਸੀ ਤੇ ਕੋਥੇ ਦੇ ਜਿੱਥੇ ਸੱਟ ਵੱਜੀ ਆ ਜਵਾਕਾਂ ਨੂੰ ਚਾਂਗਰਾ ਮਾਰੀ ਜਾਂਦਾ ਤੂੰ ਬੇ ਤੂੰ ਵੀ ਤਾਂ ਮੇਰੀ ਖੱਬੀ ਲੱਤ ਤੇ ਤਿੰਨ ਚਾਰ ਸੋਟੀਆਂ ਸੱਚੀ ਮੁੱਚੀ ਮਾਰੀਆਂ ਦੇਖ ਲੈ ਖੱਬੀ ਲੱਤ ਤੇ ਕਿੱਡੇ ਕਿੱਡੇ ਨੀਲ ਪੈ ਗਏ ਮੇਰੇ ਮੈਂ ਤਾਂ ਮਸਾਂ ਤੁਰ ਕੇ ਆਈ ਆ ਇੱਥੋਂ ਤੱਕ ਹਾਏ ਜਮਈ ਮਾਰਤੀ ਤੂੰ ਹੌਲੀ ਬੋਲ ਨਾ ਮੈਂ ਕਿਉਂ ਹੌਲੀ ਬੋਲਾਂ ਜੇ ਉਹਨੇ ਸੁਣ ਲਿਆ ਉਹ ਫਿਰ ਸਮਝੂਗਾ ਮੈਂ ਤੈਨੂੰ ਗੁੜਦਾ ਕੰਜਰ ਨੇ ਫਿਰ ਢਾ ਲੈਣਾ ਆ ਮਨਕਾ ਮੇਰਾ ਹਾਲਾਤ ਆ ਓਏ ਹਏ ਕੰਜਰਾ ਸਹੁਰਿਆਂ ਦੇ ਮੁਰਗੇ ਖਾ ਕੇ ਸਹੁਰੇ ਨੂੰ ਕੁੱਟਿਆ ਮੈਂ ਕੰਜਰ ਪਸ਼ੂ ਤੇ ਹਰਾਨਾ ਕੰਜਰ ਦਾ ਦਿਮਾਗ ਤਾਂ ਬਹੁਤ ਹੈ ਹੈ ਲੈ ਦੇਖ ਲੈ ਨਾਲੇ ਤਾਂ ਹੈ ਬੋਲ ਕੇ ਕੁੜੀ ਨੂੰ ਭਰਮਾ ਲਿਆ ਸੱਚਾ ਹੋ ਗਿਆ ਨਾਲੇ ਤੈਨੂੰ ਕੁੱਟ ਕੇ ਆਪਦਾ ਚਾਹ ਪੂਰਾ ਕਰ ਲਿਆ ਉਹਨੇ ਮੇਰੀ ਗੱਲ ਸੁਣ ਹੈ ਮੈਂ ਲਾਉਣੀ ਆ ਕੋਈ ਸਕੀਮ ਲਾਉਂਦੀ ਆਏ ਸਕੀਮ ਸਾਰਾ ਘਰ ਡੇਰਿਆਂ ਨੂੰ ਲਟਾਤਾ ਰਹਿੰਦਾ ਖੁੰਦਾ ਤਾਲੀਬਾਨ ਖਾ ਕੇ ਲਾਊਗੀ ਇਹ ਸਕੀਮ ਹੁਣ ਸਕੀਮ ਮੇਰੀ ਸੁਣ ਲਾ ਗੱਲ ਸੁਣ ਲੋ ਘਰ ਨੂੰ ਅੱਗ ਲਾ ਲਿਓ ਆਪ ਬਾਹਰ ਨਿਕਲ ਜੋ ਦੁਰਖਿੱਤੇ ਮੂੰਹ ਤੇਰਾ ਐਵੇਂ ਆਪਦੇ ਘਰ ਨੂੰ ਅੱਗ ਲਾ ਲਈਏ ਬੇ ਮੇਰੀ ਗੱਲ ਸੁਣ ਤੂੰ ਮੈਂ ਤਾਂ ਕਹਿੰਨੀ ਆ ਕੁੜੀ ਦਾ ਵਿਗਾੜ ਪੈ ਜੇ ਉਹਦੇ ਨਾਲ ਫੇਰ ਆਊ ਕਹਾਣੀ ਲੋਟ ਪੈ ਜੇ ਫਰਕ ਉਹ ਕੁੜੀ ਆ ਉਸੇ ਦੀ ਬੋਲੀ ਬੋਲਦੀ ਆ ਪਤਾ ਨੀ ਕੀ ਸਿਰ ਚ ਪਾਇਆ ਮੈਂ ਆਪਣੇ ਵਾਲੀ ਗੁੱਡੀ ਤੇ ਹੈਰਾਨ ਲਾਹੌਰ ਲੈ ਹੁਣ ਪਤਾ ਨੀ ਘਰੇ ਬੈਠਾ ਕੀ ਕੀ ਪੱਟੀਆਂ ਪੜਾ ਕੇ ਭਰਮਾਉਂਦਾ ਹੋਣਾ ਉਹਨੂੰ ਕੁੜੀ ਨੂੰ ਜੀਤੋ ਚੱਲ ਉੱਠ ਚੱਲੀਏ ਘਰ ਨੂੰ ਹੋ ਜਾ ਖੜਾ ਕੁੱਟੇ ਨਾ ਕਿਤੇ ਫੇਰ ਤੇ ਆਏ ਕਿਵੇਂ ਕੁੱਟੂ ਤੈਨੂੰ ਉਹ ਹੋ ਖੜਾ ਚੱਲ ਹੋ ਜਾ ਜੀਤੋ ਮੈਂ ਕਰ ਵੀ ਕੀ ਸਕਦਾ ਸੀ ਤੇਰੀ ਸੌਂ ਲੱਗੇ ਮੇਰਾ ਬਲੱਡ ਵੱਧ ਗਿਆ ਮਾਂ ਦੀਆਂ ਚੀਕਾਂ ਮੇਰੇ ਤੋਂ ਦੇਖੀਆਂ ਨਹੀਂ ਗਈਆਂ ਤੂੰ ਇੰਨੀ ਬੇਰਹਿਮੀ ਨਾਲ ਬਾਪੂ ਨੂੰ ਕੁੱਟਿਆ ਜੇ ਉਹਨੂੰ ਕੁਛ ਹੋ ਜਾਂਦਾ ਫੇਰ ਰੋਣਾ ਤੈਨੂੰ ਮੇਰੀ ਸੌ ਲੱਗੇ ਮੈਨੂੰ ਨਾ ਮਾਂ ਚ ਆਪਣੀ ਸਕੀ ਮਾਂ ਨਜ਼ਰ ਆਈ ਇੱਕ ਵਾਰੀ ਨਾ ਮੇਰੇ ਬਾਪੂ ਨੇ ਮੇਰੀ ਬੇਬੇ ਨੂੰ ਕੁੱਟਿਆ ਸੀ ਧਰਮ ਨਾਲ ਮੈਂ ਹੋ ਗਿਆ ਸੀ ਬੱਕਰੇ ਵਾਂਗੂ ਢਾਲਿਆ ਸੀ ਦਸ ਬੰਦਿਆਂ ਨੇ ਛਡਾਇਆ ਸੀ ਤੇ ਹੁਣ ਵੀ ਕੀ ਕੀਤਾ ਏ ਉਹੀ ਰੰਗ ਤਾਂ ਫੇਰ ਲਾਤੇ ਚੱਲ ਖੜੀ ਹੋ ਐਂ ਕਰ ਆਪਾਂ ਬਾਪੂ ਦੇ ਪੈਰਾਂ ਤੇ ਸਿਰ ਰੱਖ ਕੇ ਮਾਫ਼ੀ ਮੰਗਦੇ ਹਾਂ ਨਾਲੇ ਐਂ ਕਰ ਉਹੀ ਡਾਂਗ ਨਾ ਬਾਪੂ ਨੂੰ ਫੜਾ ਦੇ ਜੇ ਮੈਂ ਸੀ ਵੀ ਕਹਿ ਗਿਆ ਨਾ ਹੱਡ ਤੋੜ ਦੇ ਚਾਹੇ ਮੇਰੇ ਓ ਹੋ ਬਾਪੂ ਨਾ ਇੰਨੇ ਵੀ ਕਠੋਰ ਨਹੀਂ ਨੇ ਤੈਨੂੰ ਬਿਲਕੁਲ ਮਾਫ ਕਰ ਦੇਣਗੇ ਪਰ ਇੱਕ ਗੱਲ ਸੁਣ ਲੈ ਜੀਤੋ ਬਾਪੂ ਨੂੰ ਇੱਕ ਗੱਲ ਕਹਿ ਦੀ ਮੇਰੇ ਸਾਹਮਣੇ ਕਦੇ ਬੇਬੇ ਨੂੰ ਉੱਚਾ ਨਾ ਬੋਲਣ ਮੈਥੋਂ ਬਰਦਾਸ਼ਤ ਨਹੀਂ ਹੋਣਾ ਮੈਨੂੰ ਉਸ ਮਮਤਾ ਦੀ ਮੂਰਤ ਦੇ ਵਿੱਚੋਂ ਕਦੇ ਕਦੇ ਰੱਬ ਦਿੰਦਾ ਕਦੇ ਕਦੇ ਰੱਬ ਦਿੰਦਾ
ਸੀਜ਼ਨ ਦਾ ਟਾਈਮ ਚੱਲਦਾ, ਤਿੰਨ ਚਾਰ ਵਾਰੀ ਅੱਗੇ ਲਾਤਾ। ਅਸੀਂ ਤਾਂ ਮੈਂਟੂ ਕਾ ਲਾਈ ਜਾਣ ਗਏ ਝੋਨਾ। ਹਾਂ ਫਿਰ ਕਿੰਨੇ ਬੰਦੇ ਆਉਣਗੇ? ਸਾਡੀ 16 ਬੰਦਿਆਂ ਦੀ ਟੀਮ ਆ। ਸਾਡੇ ਵੀ 10 ਕਿੱਲੇ ਹੈਗੇ ਆ, ਸਾਡੇ ਵੀ ਲਾ ਦੇ। ਆਹੋ ਕਿੰਨੇ ਪੈਸੇ ਲਾਏਂਗੀ? 3500 ਲੱਗੂ ਕਿੱਲੇ ਦਾ। 3500? ਕੀ ਗੱਲ, ਆਪ ਤਿਆਰੀ ਤਾਂ ਕਹਿੰਦੇ ਸਾਨੂੰ ਕਿੱਲੇ ਦਾ, ਲੱਖ ਰੁਪਈਆ ਦੇਵੇ ਸਰਕਾਰ ਤੇ ਸਾਡੇ ਵੀ ਤੁਹਾਡੇ ਨਵਾਗ ਲੜ ਜਾਣ ਦਾ। ਚੱਲ 3500 ਚ ਗੱਲ ਮੁੱਕ ਗਈ, ਤੇ ਤਿੰਨ ਟਾਈਮ ਚਾਹ। ਚਾਹ ਤਾਂ 2 ਵਾਰੀ। ਤਾਂ ਕੀ ਗੱਲ, ਆਥਣ ਵਾਲੀ ਵੀ ਪੀਵਾਂਗੇ? 10 ਵਾਲੀ ਨਾ ਨੀ ਗੱਲ ਬਣ ਦੇਗੀ। ਚੱਲ ਚੰਗਾ, 2 ਟਾਈਮ ਚਾਹ ਤੇ 2500 ਚ ਗੱਲ ਮੁੱਕ ਗਈ। ਚੱਲ ਲਾ ਦਿਆਂਗੀਆਂ। ਵੇ ਗੋਰੇ ਵੇ, ਆਪਾਂ ਨੂੰ 10 ਕਿੱਲੇ ਹੋਰ ਮਿਲ ਗਏ। ਪਨੀਰੀ ਤੂੰ ਪੱਟ ਲਾ, ਜੇ ਕੰਮ ਨੀ ਹੁੰਦਾ ਘਰੇ ਬਹਿ ਜਾ ਕਰ। ਮੈਂ ਤੈਨੂੰ ਸਾਰੇ ਪਿੰਡ ਚ ਲੱਭਦੀ ਫਿਰਦੀ ਆ, ਹੈ ਤੂੰ ਇੱਥੇ ਝਾਟਾ ਖਿਲਾਰੀ ਬੈਠੀ ਆ। ਝੋਨੇ ਚਾਚੀ, ਝੋਨੇ ਦਾ ਸੀਜ਼ਨ ਹੈ ਤੇ ਨਾਲੇ ਮੈਂ ਤਾਂ ਪੈਸੇ ਕਮਾ ਕੇ 2 ਛਾਂ ਕਰਕੇ ਯੂਟਿਊਬ ਤੇ ਪਾ ਦੂੰ। ਮੇਰੇ ਕੋਲ ਹੈ ਨਹੀਂ ਟਾਈਮ। ਆ ਗੱਲ ਨੀ, ਤੂੰ ਰਾ ਕੇ ਮੇਰੀ ਗੱਲ ਸੁਣ। ਮੇਰੇ ਕੋਲ ਤੁਹਾਡੇ ਝੋਨਾ ਲੱਗਣਾ ਨੀ, ਸਾਡੇ ਕੋਲ ਤਾਂ 30 ਕਿੱਲੇ ਆਪਦੇ ਆ। ਨੀ ਪਰਦੇ ਵਾਲੀ ਗੱਲ ਹੈ, ਹੈ ਤੂੰ ਐ ਕਰ, ਸਾਡੀ ਮੋਟਰ ਤੇ ਆ ਜਾ, ਉੱਥੇ ਬਾਈ ਕੇ ਗੱਲ ਕਰਦੇ ਆ। ਚੰਗਾ ਬੇ ਬੀਤਿਆ, ਮੈਂ ਚਾਚੀ ਦੀ ਗੱਲ ਸੁਣਿਆ ਵਾ ਤੇ ਤੁਸੀਂ ਸਾਰੀਆਂ ਜਾਣਗੇ ਪਨੀਰੀ ਪੱਟ ਲੋ। ਤੂੰ ਘਰੇ ਜਾ, ਆਪਣਾ ਬੁਖਾਰ ਨਾ ਚੜਾ ਲਈ। ਆ ਜਾ ਕੇ ਰਾਂ ਬਹਿ ਜਾ ਪਾਨੂੰ ਇੱਥੇ, ਪਹਿਲਾਂ ਤਾਂ ਮੈਂ ਤੈਨੂੰ ਦੇਖਣ ਤੇਰੇ ਘਰੇ ਗਈ। ਅੱਛਾ, ਮੈਨੂੰ ਪਤਾ ਲੱਗਿਆ ਤੂੰ ਤਾਂ ਸੁੱਕੇ ਕੇ ਖੇਤ ਚ ਝੋਨਾ ਲਾਉਣ ਗਈ ਹੋਈ ਆ। ਨੀ ਫੇਰ ਮੈਂ ਖੇਤ ਤੇਰੇ ਪਿੱਛੇ ਆਈ, ਨੀ ਫੇਰ ਮੈਂ ਆਪਦੇ ਪਰਦੇ ਦੀ ਗੱਲ ਸ਼ਰੀਕ ਦੇ ਖੇਤ ਚ ਕਿਵੇਂ ਦੱਸਦੀ ਤੈਨੂੰ, ਤਾਂ ਹੀ ਤੈਨੂੰ ਇੱਥੇ ਲੈ ਕੇ ਆਈ ਆ ਸਾਡੀ ਮੋਟਰ ਤੇ। ਹੈਂ ਚੱਲ ਕੋਈ ਨਾ ਚਾਚੀ, ਕੀ ਕੰਮ ਸੀ? ਨੀ ਕੀ ਦੱਸਾਂ, ਨੀ ਕੀ ਦੱਸਾਂ ਮੈਂ, ਹੁਣ ਦਿਖਾਉਂਗਾ ਨੂੰ ਤਾਰੇ, ਉਹ ਵੀ ਦਣੇ ਹੀ ਤਪਾ ਲੈ ਮਰ ਜਾਣੇ ਨੇ। ਕੀ ਨਾ ਚਾਚੀ, ਨਜ਼ਾਰੇ ਨੇ। ਕੀ ਹੋ ਗਿਆ? ਨੀ ਪੰਨ, ਨੀ ਮੈਂ ਸੁਣਿਆ ਤੂੰ ਬਹੁਤ ਤੁਰੀ ਫਿਰੀ ਹੈ। ਚਾਚੀ ਗੱਲ ਸੁਣ, ਤੂੰ ਸਿਆਣੀ ਬਿਆਣੀ ਆ, ਤੂੰ ਮੇਰਾ ਮੋੜਾ ਚੰਗਾ ਕੀ ਦੇਖ ਲਿਆ? ਸਾਰੇ ਪਿੰਡ ਚ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਪੰਨਾ ਗਲਤ ਆ। ਮੈਂ ਤਾਂ ਨਜ਼ਾਰੇ ਤੇ ਜੀਤੋ ਚ ਫਰਕ ਪਵਾਉਣਾ ਤਾਂ ਕਿ ਦੋਹਾਂ ਚ ਤਲਾਕ ਹੋ ਜੇ। ਨਾ ਚਾਚੀ ਗੱਲ ਸੁਣ, ਮੁੰਡਾ ਤੁਹਾਡਾ ਜਵਾਈ ਆ, ਨਜ਼ਾਰਾ ਤਾਂ ਬੰਦਾ ਹੀ ਬਾਲਾ ਘੈਂਟਾ ਉਹ ਸਵਾਸ ਹੱਤਾ ਚੁੱਲਿਆ ਦੀ ਉਹ। ਮੇਰੀ ਗੱਲ ਸੁਣ, ਨੀ ਤੂੰ ਇਹੋ ਜਿਹਾ ਫਰਕ ਪਵਾ ਜੀਤੋ ਤੇ ਨਜ਼ਾਰੇ ਚ ਤਾਂ ਕਿ ਧੱਕੇ ਖਾ ਕੇ ਮਰ ਜਾਣਾ, ਘਰੋਂ ਨਿਕਲ ਜੇ ਉਹ। ਹੈ ਨੀ ਸੋਹਣੀ ਜੀ ਕੁੜੀ ਦੇਖ ਕੋਈ, ਜਿਵੇਂ ਫਿਲਮਾਂ ਚ ਹੁੰਦੀਆਂ ਨੇ। ਹੈ ਨੀ ਪਾਲੂ, ਨੀ ਭੈਣ ਬਣ ਕੇ ਤੂੰ ਹੀ ਕਰ ਸਕਦੀ ਆ ਇਹ ਕੰਮ। ਹੈ ਚਾਚੀ, ਤੂੰ ਮੈਨੂੰ ਇਹੋ ਜੀ ਸਮਝ ਲਿਆ? ਹੈ ਪਰ ਤੇਰਾ ਹਨ ਮੂੰਹ ਜਾ ਦੇਖ ਕੇ ਮੈਨੂੰ ਵੀ ਤਰਸ ਆ ਗਿਆ। ਕੋਈ ਨਾ, ਮੈਂ ਹੀ ਚਲਾਉਣੀ ਆ ਚੱਪੂ ਕਰਦੀ ਆ ਕੁਛ। ਮੇਰੇ ਮਾਮੇ ਦੀਆਂ ਪੋਤੀਆਂ ਦੋ ਬੋਲ ਗਈ ਸੋਹਣੀਆਂ, ਡਾਂਸਰਾਂ ਦਾ ਕੰਮ ਕਰਦੀਆਂ ਲੁਧਿਆਣੇ। ਨੀ ਡਾਂਸਰਾਂ? ਚਾਚੀ ਡਾਂਸਰਾਂ ਕਦੇ ਮਾੜੀ ਮੋਟੀ ਗੱਲ ਆ, ਅੱਜ ਕੱਲ ਤਾਂ ਚੰਗੇ ਚੰਗੇ ਘਰਾਂ ਦੀਆਂ ਕੁੜੀਆਂ ਡਾਂਸਰਾਂ ਬਣੀਆਂ ਫਿਰਦੀਆਂ। ਪਰ ਗੱਲ ਸੁਣ ਲਾ, ਮੈਂ ਗੱਲ ਕਰਦੀ ਹੁੰਦੀ ਆ ਚਾਚੀ ਖਰੀ, ਚਾਹੇ ਲੱਗੇ ਕਿਸੇ ਦੇ ਗੋਡੇ ਤੇ ਚਾਹੇ ਲੱਗੇ ਕਿਸੇ ਦੇ ਗਿੱਟੇ। ਰੁਪਈਆ ਲੱਗੂ 25,000, 20,000 ਦੇਊ ਕੁੜੀਆਂ ਨੂੰ, 5 ਰੱਖੂ ਮੈਂ। ਪੰਜਾਬ ਨੀ ਹੋ ਕਹਦਾ ਰਿਸਕ। ਨਾਲੇ ਚਾਚੀ ਗੱਲ ਸੁਣ ਲਾ, ਦਿਮਾਗ ਖੋਲ ਕੇ, ਕਦੇ ਕਿਸੇ ਕੋਲੇ ਗੱਲ ਨਾ ਕਰੀ, ਨਾ ਸਾਡੇ ਭਾਨੇ ਕੋਲੇ ਗੱਲ ਕਰੀ। ਜੇ ਭਾਨੇ ਨੂੰ ਪਤਾ ਲੱਗ ਗਿਆ ਉਹ ਤਾਂ ਮੇਰੀ ਗੁੱਤ ਮੰਨੋ। ਨੀ ਭਾਨੋ, ਤੇਰੇ ਮੇਰੇ ਚ ਗੱਲ, ਤੀਜਾ ਆਪਣਾ ਰੱਬ। ਚਾਚੀ ਇਹੋ ਜਿਹੇ ਕੁੱਤੇ ਕੰਮਾਂ ਚ ਰੱਬ ਨੂੰ ਕਿਉਂ ਖਿੱਚਦੀ ਹੁੰਦੀ ਹੈ? ਚਾਚੀ ਗੱਲ ਸੁਣ, ਮੈਂ ਫੋਟੋ ਕਰ ਦੂੰ ਬੋਬੀ ਨੂੰ ਵਟਸਐਪ ਤੇ, ਸਾਰਾ ਕੁਝ ਦੱਸ ਦੂੰ ਵੀ ਆਹ ਤੇਰਾ ਆਹ ਲੱਗਦਾ, ਆਹ ਤੇਰਾ ਆਹ ਲੱਗਦਾ, ਆਹ ਤੇਰਾ ਆਹ ਲੱਗਦਾ। ਤੇ ਤੁਸੀਂ ਇੱਕ ਕੰਮ ਕਰਿਓ, ਦੋਨਾਂ ਦੀ ਵੀਡੀਓ ਬਣਾ ਲਿਓ ਮੋਬਾਈਲ ਚ, ਤਾਂ ਬੋਬੀ ਨੂੰ ਮੈਂ ਆਪੇ ਕਰ ਦੂੰ ਟ੍ਰੈਂਡ। ਨੀ ਭੰਨ, ਫੇਰ ਪੈਣਗੇ ਫਰਕ ਦੋਹਾਂ ਚ। ਚੰਗਾ ਮੇਰੀ ਗੱਲ ਸੁਣ, ਤੂੰ ਚਿੰਤਾ ਨਾ ਕਰੀ, ਆਥਣੇ ਜੇ ਮੈਂ 25,000 ਰੁਪਇਆ ਭੇਜ ਦੂੰਗੀ ਤੇ। ਭੇਜ ਦੀ ਚਾਚੀ, 4 ਕ ਵਜਦੇ ਨਾ। ਆਹਾ ਭਾਨੋ, ਨੀ ਯਕੀਨ ਵੀ ਕੋਈ ਚੀਜ਼ ਹੁੰਦੀ ਆ? ਕੋਲ ਜਾਗਾ ਆ ਦੁਰ ਫਿੱਟੇ ਮੂੰਹ ਤੇਰਾ ਇਹੋ ਜੀ ਦਾ। ਆਹ ਚੰਗਾ ਭੇਜ ਦੂੰਗੀ ਮੈਂ, ਚਿੰਤਾ ਨਾ ਕਰ ਤੂੰ। ਚੰਗਾ ਆਹੋ, ਹੁਣ ਭੈਣ ਬਣ ਕੇ ਕੰਮ ਮੇਰਾ ਸਿਰੇ ਲਾ। ਬਏ ਆਉਨੀਆ ਪੀਤਿਆ, ਜਾਬੜਾ ਚਾਚੀ ਚੋਨੇ ਦਾ ਟਾਈਮ ਹੋਇਆ ਪਿਆ। ਚੰਗਾ ਚੰਗਾ, ਹੁਣ ਚੇਤੇ ਰੱਖੀ, ਭੁੱਲ ਨਾ ਜਾਈਂ। ਚੰਗਾ ਭੁੱਲਦੀ ਨਹੀਂ। ਲੈ ਜਾਵਾਂ, ਮੈਂ ਵੀ ਕੰਮ ਕਰਾਂ ਕੋਈ ਜਾ ਕੇ। ਬੜੀ ਤੇਜ਼ ਆ ਮੇਰੇ ਛਾਲੇ ਦੇ ਦੀ, ਮੈਨੂੰ ਤਾਂ ਇੰਨਾ ਚਾਹ ਚੜਿਆ ਪਿਆ ਨਾ।
है नारायण दे घर कीड़ा आ गया है? मतलब कीड़ी दा घर नारायण आ गया? ओ जोरियां दे पिंड फुल मौजा मानदा नजारा सिंह दे नजारे सारा जग जानदा ओए नजारा सिंह दे नजारे सारा जग जानदा। गैवी तेरी एक दिन फुल चढ़ाई हो जानी है, इन्नी चढ़ाई तां नैना देवी दी भी नहीं हैगी। कंजर दिया आ कपड़े तां ला दिया कर, रात नूं भी पाके पैंदा है। ओ की पता हुंदा सुपने च कोई प्रोग्राम आ जे। लै वी अज ना परगट शेरे के ब्याह दी बन के उठा दे बराती 500 रुपया दा तां नले आ बोतल। ओ मैं कहा बोतल दा बा परोला ही वाला ते चार रज डणावांगे। गैवी बोतल पाने ने बनाया मीट कंजर दो के अज प्रौना डेता नहीं हैगा। पानू चाचा ये ता मेरी गल सुन, चाचा नाले छच बधाइया तैनू, अपनी भानो दा रिश्ता पक्का हो गया। होर फड़ जा मैं हाथ तो ला तो ला। शुक्रा सच्चा पाशा 40 साल बाद तरफ रूड़ी दीदी सुन लेंदा। ਵਧੀਆ ਹੋਇਆ ਬਾਹਰ ਚੋ ਰੂੜੀ ਚੱਕੀ ਗਈ। ਚਾਚਾ 40 ਸਾਲ ਦੀ 12 ਸਾਲ ਬਾਅਦ ਚੁਣੀ ਜਾਂਦੀ ਹੁੰਦੀ ਆ। ਚਲੋ ਥੋੜੀ ਲੇਟ ਸੁਣੀ ਐ। ਇਹਨਾਂ ਨੇ ਆਪਦੇ ਹੱਥਾਂ ਨਾਲ ਮੀਟ ਬਣਾ ਕੇ ਭੇਜਿਆ। ਅੱਛਾ ਤੇ ਹੋਰ ਬਈ ਬਾਬਾ ਮੀਟ ਇੰਨਾ ਸਵਾਦ ਹੈ ਨਾ, ਇੰਨਾ ਸਵਾਦ ਹੈ ਹੈ, ਐ ਲੱਗਦਾ ਬਸ ਮੈਂ ਖਾਈ ਜਾਵਾਂ ਖਾਈ ਜਾਵਾਂ। ਤੂੰ ਸਾਡੀ ਭੈਣ ਦੀ ਬੇਇੱਜ਼ਤੀ ਕਰਦਾ ਤੂੰ, ਅੱਗ ਬਈਏ ਦਾ ਨਾ ਹੋਵੇ। ਨਾਲੇ ਗੱਲ ਸੁਣ ਲੈ ਸਰਦਾਰ, ਇਹਨੂੰ ਕੋਈ 500 ਰੁਪਇਆ ਨੀ ਦਿੱਤਾ, ਬੋਤਲ ਨੀ ਦਿੱਤੀ, ਉੱਥੋਂ ਮਿਹਨਤ ਕਰ ਕਰਕੇ ਬੋਤਲ ਲੈ ਕੇ ਆਇਆ ਹੈ। ਮੇਰਾ ਮੂੰਹ ਨਾ ਗਲਾ ਬੰਨਿਆ, ਅਗੇ ਮੀਟ ਸਿੰਧੂ ਨੇ ਬਣਾਇਆ, ਕੋਈ ਸਿੰਧੂ ਨੇ ਨੀ ਬਣਾਇਆ ਮੀਟ, ਇਹ ਉੱਥੇ ਮਿਹਨਤ ਕਰਦਾ ਮੈਂ ਆਪ ਦੇਖਿਆ, ਮੈਂ ਤੇਰੀ ਬਹੁਤ ਇੱਜ਼ਤ ਕਰਦਾ ਬੰਨਿਆ, ਮੇਰਾ ਮੂੰਹ ਨਾ ਗਲਾ ਲੰਬੋ ਡਾਊਨ ਨਾ ਕਰਾ ਮੈਂ ਪੂਰੇ। ਦੇਖੋ ਮੇਰੀ ਗੱਲ ਸੁਣੋ, ਇੱਕ ਮਿੰਟ ਹੱਥ ਕਰੋ, ਆਦਰਤ ਮੀਟ ਨਾਲ ਲਿਬੜਿਆ ਹੈ, ਤੁਸੀਂ ਦੋਨੇ ਹੱਥ ਮਿਲਾਓ। ਅੱਜ ਤੋਂ ਬਾਅਦ ਲੜਨਾ ਨੀ, ਮੈਂ ਤੁਹਾਡੀ ਕਿੰਨੀ ਵਾਰੀ ਸੁਲਾ ਕਰਾਈ ਹੈ, ਲੜਨਾ ਨੀ ਹੈਗਾ, ਜਮੀਂ ਨੀ ਲੜਨਾ ਹੈਗਾ, ਠੀਕ ਹੈ ਨਾ। ਨਾਲੇ ਕੰਜਰ ਦੇ ਖੁਸ਼ੀ ਦੀ ਖਬਰ ਸੁਣੋ, ਕਿਹੜੀ? ਮੇਰੀ ਸਾਲੀ ਆ ਰਹੀ ਹੈ ਕੈਨੇਡਾ ਤੋਂ, ਹੈਗੀ ਤਾਂ ਦੂਰ ਦੀ ਰਿਸ਼ਤੇਦਾਰੀ ਚੋਂ ਹੈ, ਪਰ ਸਾਲਿਓ ਸਾਲੀ ਤਾਂ ਸਾਲੀ ਹੁੰਦੀ ਹੈ। ਸਾਰੀ ਹਾਏ ਹਾਏ ਕਰ ਲੱਭੀ ਲੈ ਨਜ਼ਾਰਿਆ ਹੁਣ ਤੇਰੀ ਖੈਰ ਨੀ। ਵੇ ਤੂੰ ਇੱਥੇ ਖੜਾ ਕੀ ਕਰੀ ਜਾਂਦਾ, ਆ ਜਾ ਕੋਈ ਕੰਮ ਦੀ ਗੱਲ ਕਰੀਏ, ਆ ਜਾ ਕੇਰਾ ਚੱਲ 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 ਅੰਦਰ ਸਮਾਨ ਇੰਨਾ ਘੱਟ। ਉਹ ਜਿਹੜੇ ਕੈਨੇਡਾ ਤੋਂ ਆਉਂਦੇ ਨੇ ਉਹਨਾਂ ਤਾਂ ਅੱਡਿਆਂ ਟੇਚੀਆਂ ਹੁੰਦੀਆਂ ਨੇ, ਥੱਲੋਂ ਤੋਂ ਲੱਦੇ ਹੁੰਦੇ ਨੇ, ਆ ਤੇਰਾ ਇੰਨਾ। ਮੈਂ ਸ਼ਾਰਟ ਕੱਪੜੇ ਪਾਉਂਦੀ ਆ ਨਾ ਤਾਂ ਮਹੀਨੇ ਦੇ ਟੈਚੇ ਚ ਆ ਜਾਂਦੇ ਨੇ ਤੇ ਹਫਤੇ ਦੇ ਪਸ ਚ। ਇੱਧਰ ਆ ਕੇ ਗੱਲ ਸੁਣ ਮੇਰੀ, ਤੂੰ ਇੱਧਰ ਆ ਕੇ। ਹੈ ਪੁੱਤ ਸਫ਼ਰ ਕਿਵੇਂ ਰਿਹਾ ਤੇਰਾ? ਫਾਈਨ, ਚੰਗਾ ਚੰਗਾ ਚੰਗਾ। 2 ਘੰਟੇ ਦੀ ਫਲਾਈਟ ਸੀ ਕੈਨੇਡਾ ਤੋਂ ਚੰਡੀਗੜ੍ਹ ਦੀ। 2 ਘੰਟੇ ਪਰ ਕੈਨੇਡਾ ਤੋਂ ਉਰੇ ਤੱਕਰ ਤੇ 16-17 ਘੰਟੇ ਲੱਗਦੇ ਨੇ। ਨਹੀਂ ਨਹੀਂ ਪੁੱਤ, ਗਵਰਨਮੈਂਟ ਨੇ ਨਵਾਂ ਜਹਾਜ਼ ਚਲਾਇਆ ਨੌਨ ਸਟਾਪ, ਉਹ ਤਾਂ 2 ਘੰਟੇ ਤੋਂ ਵੀ ਪਹਿਲਾਂ ਪਹੁੰਚ ਜਾਂਦਾ। ਚੱਲੀਏ ਚਾਹ ਪਾਣੀ ਪੀਏ। ਚਲੋ ਚਲੋ ਚਲੋ। ਓ ਐਕਚੁਅਲੀ ਜੀਜਾ ਜੀ ਗੱਡੀ ਦੇ ਪੈਸੇ ਦੇਣੇ ਸੀ। ਓ ਓ ਆਉ ਖੜੀਏ ਬੈਂਕ। ਨਾ ਤੂੰ ਇੱਥੇ ਖੜਾ ਕਿ ਬਿਟਰ ਬਿਟਰ ਝਾਕੀ ਜਾਂਦਾ, ਜਾਂ ਗੱਡੀ ਵਾਲੇ ਨੂੰ ਪੈਸੇ ਦੇ ਕੇ ਆ। ਚਲੋ ਤੁਰ ਜਾ, ਇੱਥੇ ਹੀ ਨਾ ਪੈਰ ਜਾ ਮਲੀ ਜਾ ਖੜਾ। ਚਲੋ ਚਲੋ ਪੁੱਤ। ਓ ਕਾਕਾ ਕਿੰਨੇ ਪੈਸੇ ਤੇਰੇ? ਬਾਬਾ 5000। 5000?
ਪਤਾ ਨਹੀਂ ਇਹ ਨਿਕਲਣ ਦਾ ਕਿੰਨਾ ਕੁ ਖਰਚ ਕਰਾਊ ਕੰਜਰ। ਆਉਣਾ ਸ਼ੇਰਾ। ਕੱਲੀ ਨੂੰ ਲੈ ਜਾ ਕਾਤੇ ਦੂਰ ਬੇ ਸੋਹਣਿਆ। ਬੋਬੀ ਨੂੰ ਫੋਨ ਕਰਦੀ ਆ। 98144 58 720। ਹੈਲੋ, ਗਾਣਾ ਕਿਹੋ ਜਿਹਾ ਲਵਾ ਰੱਖਿਆ ਨਖੁੱਤੀ ਨੇ। ਬੋਬੀ ਹਾਂਜੀ, ਭਾਲੋ ਬੋਲਦੀ ਆ। ਵਾਹ, ਠੀਕ ਠਾਕ ਆ। ਅੱਛਾ, ਜਿਹੜੀ ਤੈਨੂੰ ਗੱਲ ਸਮਝਾਈ ਸੀ ਉਹ ਦਿਮਾਗ ਚ ਰੱਖੀ? ਹਾਂ, ਮੈਂ ਓਵਰ ਵੀ ਨਾ ਹੋਈ। ਨੀ ਗੱਲ ਸੁਣ, ਤੇਰੇ ਕੋਲੇ ਆ ਕੋਈ? ਹਾਂਜੀ। ਚੱਲ ਮੈਂ ਸਵਾਮ ਨੂੰ 9 ਵਜੇ ਫੋਨ ਕਰੂੰਗੀ। ਚੰਗਾ, ਆਹੋ ਖਿਆਲ ਰੱਖੀ ਆਪਦਾ। ਨਸਾ ਨੁਸਾ ਕਰਦਾ ਹੋਵੇ ਚੱਲ ਜੂ, ਚਿੱਟੇ ਤੋਂ ਪਰਹੇਜ਼ ਚਾਹੀਦਾ। ਦਾਰੂ ਦੂਰੂ ਪੀਂਦਾ ਹੋਵੇ ਚੱਲ ਜੂ, ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ। ਅੱਛਾ, ਮੈਨੂੰ ਇਹ ਦੱਸ ਬੋਬੀ, ਬਈ ਤੇਰਾ ਸਭ ਤੋਂ ਪਸੰਦੀਦਾ ਸ਼ਹਿਰ ਕੈਨੇਡਾ ਵਿੱਚ ਕਿਹੜਾ? ਨਿਊਯਾਰਕ। ਅੱਛਾ, ਇਹ ਦੱਸ ਤੂੰ ਰਹਿੰਦੀ ਕਿੱਥੇ ਆ? ਟੋਰਾਂਟੋ। ਐਕਚੁਅਲੀ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਮੇਰਾ ਸੀਜ਼ਨ ਹੁੰਦਾ। ਮੇਰੇ ਕੋਲੇ ਟਾਈਮ 1 ਮਿੰਟ ਦਾ ਵੀ ਨਹੀਂ ਹੁੰਦਾ। ਸੀਜ਼ਨ? ਇਹ ਤਾਂ ਬੇਰੀ ਤੋੜਨ ਦੇ ਸੀਜ਼ਨ ਦੀਆਂ ਗੱਲਾਂ ਕਰਦੀ ਹੈ। ਹੈ? ਟੋਰਾਂਟੋ 'ਚ ਬੇਰੀ ਤੋੜਨ ਦਾ ਵੀ ਸੀਜ਼ਨ ਲੱਗਦਾ? ਉਈ ਬੋਲੀ ਜਾਂਦੀ ਆ ਤੂੰ। ਹੈ ਪੁੱਤ, ਤੁਸੀਂ ਉਹਨਾਂ ਰੋਟੀ ਖਾ ਲਓ, ਤੇਰੇ ਜੀਜੇ ਦੀਆਂ ਤਾਂ ਗੱਲਾਂ ਹੀ ਨਹੀਂ ਮੁੱਕਣੀਆਂ। ਚੰਗਾ, ਮੈਂ ਰੋਟੀ ਲੈ ਕੇ ਆਉਣੀ ਆ। ਹੈ ਚੰਗਾ। ਮਾਸੀ ਜੀ, ਮੈਂ ਪਕੌੜੇ ਖਾਊਂਗੀ। ਪਕੌੜੇ? ਪਕੌੜੇ? ਇਹ ਨਾ ਗਿਆਨ ਕਰੇ, ਵਿਆਹਾਂ 'ਚ ਪਕੌੜੇ ਖਾਂਦੀਆਂ ਜ਼ਿਆਦੇ। ਮੈਂ ਤਾਂ ਸੁਣਿਆ ਸ਼ੇਰਾ, ਇਹ ਬੈਗਾਂ 'ਚ ਪਲੀਟਾਂ ਪਾ ਕੇ ਲੈ ਜਾਂਦੀਆਂ। ਹੋਰ ਹੀ ਕੁਛ ਭੌਂਕੀ ਜਾਂਦਾ ਤੂੰ। ਕੋਈ ਨਾ ਕੋਈ ਨਾ ਧੀਏ, ਲੈ ਪਕੌੜਿਆਂ ਦਾ ਕੀ ਆ? ਪਕੌੜੇ ਤਾਂ ਤੈਨੂੰ ਮੈਂ ਹੁਣ ਕੱਢ ਦਿੰਦੀ ਆ। ਮੈਂ ਭੈਣੇ ਨੀ, ਭੈਣੇ ਰੋਟੀ ਖਾ ਲੈ, ਪਕੌੜਿਆਂ ਨਾਲ ਢਿੱਡ ਖਰਾਬ ਹੋ ਜਾਂਦਾ। ਮੈਨੂੰ ਲੱਗਦਾ ਪਕੌੜੇ ਕੁਝ ਜ਼ਿਆਦਾ ਹੀ ਪਸੰਦ ਨੇ। ਤੂੰ ਜਾ ਜਾ ਕੇ ਆ ਅਮਰਜੀਤ ਪ੍ਰਧਾਨ ਕਿਉਂ ਲੱਸੀ ਲੈ ਕੇ ਆ, ਵੱਡਾ ਰੋਲੂ ਲੈ ਜੀ ਅੰਦਰੋਂ। ਚੱਲ ਹੋ ਜਾ ਖੜੀ। ਉਹੀ ਬੋਲੀ ਜਾਂਦੀ ਆ। ਹੈ ਪਕੌੜੇ ਕੁਝ ਜ਼ਿਆਦਾ ਹੀ ਪਸੰਦ ਨੇ, ਮੈਂ ਕਵਾ ਦੂੰ? ਓ ਐਕਚੁਅਲੀ ਚੀਜ਼ਾਂ ਜੀ, ਵਿਆਹ 'ਚ ਪਕੌੜੇ ਜ਼ਿਆਦਾ ਖਾਧੇ ਜਾਂਦੇ ਨੇ ਨਾ। ਪੁੱਤ, ਇਹਨਾਂ ਦੀ ਰਿਸ਼ਤੇਦਾਰੀ 'ਚ ਨਾ 8-9 ਵਿਆਹ ਇਕੱਠੇ ਹੀ ਆ ਗਏ। ਵਿਚਾਰੀ ਨੂੰ ਨਾ ਪਕੌੜੇ ਖਾਣ ਦੀ ਆਦਤ ਪੈਗੀ। ਪਕੌੜਿਆਂ ਦਾ ਕੀ ਆ, ਮੈਂ ਤਾਂ ਬਥੇਰੇ ਪਕੌੜੇ ਬਣਾ ਦਿੰਦੀ ਹਾਂ ਤੈਨੂੰ, ਮੈਂ ਤਾਂ ਮਿੰਟ ਲਾਊਂਗੀ। ਬੈ ਤੂੰ ਇੱਥੇ ਬੈਠਾ ਕੀ ਅੰਮਾ, ਟੁੰਡ ਜਾ ਹਿਲਾਈ ਜਾਂਦਾ। ਹੈ ਗੱਲ ਸੁਣ ਮੇਰੀ, ਤੂੰ ਜਾ ਜਾ ਕੇ ਅੰਦਰ ਸਲਾਦ ਕੱਟ। ਹੈ ਮੈਂ ਰੋਟੀ ਪਕਾਉਣੀ ਹੈ, ਚੱਲ ਆ ਜਾ। ਆ ਜਾ ਕੇਰਾ, ਕਰ ਲਓ ਪੁੱਤ ਗੱਲਾਂ, ਜਵਾਕਾਂ ਨੂੰ ਗੱਲਾਂ ਕਰ ਲੈਂਦੇ। ਆ ਜਾ, ਚੱਲ ਆ ਜਾ ਕੇਰਾ। ਅੱਛਾ, ਤੂੰ ਮੈਨੂੰ ਇਹ ਦੱਸ ਬੋਬੀ, ਕੈਨੇਡਾ ਤੋਂ ਇਲਾਵਾ ਹੋਰ ਮੁਲਕਾਂ 'ਚ ਵੀ ਘੁੰਮੀ ਹੈ? ਦੁਬਈ, ਨਿਊਯਾਰਕ, ਸਿੰਗਾਪੁਰ, ਮਲਾਇਆ। ਅੱਛਾ ਅੱਛਾ, ਇਹ ਤਾਂ ਮਤਲਬ ਫਿਰ ਕਾਫੀ ਤੁਰੀ ਫਿਰੀ ਲੱਗਦੀ ਹੈ। ਦਾਲ 'ਚ ਕੁਛ ਕਾਲਾ ਹੈ। ਜੀਜਾ ਜੀ, ਕੁਛ ਬੋਲੇ ਤੁਸੀਂ? ਠੀਕ ਹੈ ਜੀ, ਸਾਰਾ ਕੁਛ ਠੀਕ ਹੈ। ਹੋਰ ਹਾਲ ਤੇਰਾ ਠੀਕ ਹੈ? ਮੇਰਾ ਤਾਂ ਜਮਾ ਠੀਕ ਹੈ। ਠੀਕ ਹੈ ਜੀ, ਜਮਾ ਠੀਕ ਹੈ। ਕਹਿੰਦੀ ਮੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੇਗਾ, ਕਹਿੰਦੀ ਪੈਗ ਸ਼ੈਗ ਲਾ ਲਿਆ ਕਰੀ। ਮੈਂ ਕਿਹਾ ਜੇ ਹੋਰ ਸਤਾਈ, ਕਹਿੰਦੀ ਬੋਤਲ ਵੀ ਲਾ ਲਿਆ ਕਰੀ। ਆ ਜਾ ਖਾਲਾ ਹੁਣ ਰੋਟੀ, ਅੱਧੀ ਰਾਤ ਹੋਈ ਪਈ ਆ। ਹਾਏ ਮੇਰਿਆ, ਲੈ ਦਿਆ ਫੁੱਲਾ, ਅੱਜ ਤਾਂ ਧਰਮ ਨਾਲ ਬੜੀ ਜੱਚ ਰਹੀ ਆ, ਕਿਤੇ ਮੇਰੀ ਸਰਕਾਰ ਨੂੰ ਨਜ਼ਰ ਨਾ ਲੱਗ ਜੇ। ਨਾਲੇ ਗੱਲ ਸੁਣ ਜੀਤ ਕੁਰੇ, ਪੂਰੀ ਬਣ ਠਣ ਕੇ ਰਿਹਾ ਕਰ। ਪੇਕਿਆਂ ਦੇ ਘਰੇ ਤਾਂ ਸਾਦਾ ਬਣ ਕੇ ਰਹੀਦਾ, ਸ਼ਕੀਨੀ ਤਾਂ ਸਹੁਰੇ ਘਰੇ ਲਾਈਦੀ ਆ। ਚਲੋ ਚੱਲੀਏ ਫਿਰ ਘਰੇ। ਕਿਉਂ, ਕਿੱਥੇ? ਘਰੇ ਕੀ ਅੰਬ ਨੇ, ਘਰੇ ਕੀ ਕਰਨਾ? ਬੇਬੇ ਬਾਪੂ ਕੋਲੇ ਘਰੇ ਕੌਣ ਰਹੂਗਾ? ਕੁੰਡੀ ਤਾਂ ਆਪਣਾ ਪਾਗਲ ਹੋ ਗਿਆ, ਜੇ ਆਪਾਂ ਬਾਗੇ ਨਾ ਜੀਤ ਕੁਰੇ। ਹਾਏ ਬੇਬੇ ਬਾਪੂ ਪਾਗਲ ਹੋ ਜਾਣਗੇ। ਪਰ ਫਿਰ ਵੀ ਸਾਰਾ ਪਿੰਡ ਟਿੱਚਰਾਂ ਕਰਦਾ, ਕਹਿੰਦੇ ਆ ਕਿ ਨਜ਼ਾਰਾ ਸਿੰਘ ਸਹੁਰੇ ਘਰੇ ਆ ਕੇ ਪੈ ਗਿਆ। ਲੋਕਾਂ ਦਾ ਮੇਰੇ ਸਣਾਂ ਦਾ ਢਿੱਡ ਦੁਖਦਾ, ਮੈਂ ਕਿਸੇ ਲੋਕਾਂ ਦੇ ਘਰੇ ਖਾਣ ਜਾਣਾ? ਹੈ ਬੇਬੇ ਬਾਪੂ ਮੇਰੀ ਗੱਲ ਸੁਣ, ਮੈਨੂੰ ਪਿਆਰ ਕਰਦੇ ਨੇ।
बेबे बापू ना तेनू प्यार नहीं करदे, ओ तां शर्म मंदे ने। कहंदे ने कि जवाई भाई आपदे घरे सोहणे लगदे ने। ना मेरी गल सुन, सॉरी, जद रहण वाले नू शर्म नहीं आउंदी, तुसी क्यों मंदे हो? मेरी गल सुन, मैनू रब ने दो मां बाप दिते ने यंकी यंकी, मैं उन्हां दी इन्नी सेवा करूंगा, सरपण भगत ने तां कोई सेवा करी नहीं होनी, उन्हां दी सेवा करूंगा, फल पाऊंगा। पर बेबे बापू नू चंगा नहीं लगदा। मैनू तां लगदा मेरी डार्लिंग वही जमाना बदल चुका है, आ रूढ़ीवादी गल्लां चो बाहर रहो। नाले मेरी गल सुन, हौली हौली ना मैं कम करन दियां आदतां पाउणियां शुरू करती। पर फिर भी ना मन नाल सलाह कर ले। मन कहदा सलाह कर ली, जट दी विहिंड होवे सौरियां दा पिंड होवे, पै किसे गलाया होवे पलंग नवारी दी चवारे विच डाया होवे, वेख हाण दे हाणी नू दिल आपे ही नशे आउंदा, नी फिर एह जे टाइम ते रब नीचे ते आउंदा। मैं ता बस कहता कहता, जट वर्गा बंदा पूरी दुनिया ते नी। हाय तू बीनी वजदी तार बिना। उस्ताद जी तेरा दिमाग खराब होया, जदों तार ही नहीं बजू सत्ता चुल्हियां दी सुबह। राती तैनू मिलन मैं आया तेरे करनी, गुड़े तेरे ने सी दित्ता कुंडा मेरे जड़नी, भज्जे आन गया मैं तां नूड़ ले आ बिल्लो, भज्जे आन गया मैं तां नूड़ ले आ बिल्लो, कहिंदे नित्ता ए कम तू नहीं आउणो हटदा, कल तेरे यार नूं सी गधे ते चढ़ा के काला मूंह सी कीता तेरे वेली जट दा, कल तेरे यार नूं सी गधे ते चढ़ा के काला मूंह सी कीता तेरे वेली जट दा। रोटी खा के बापू हुण गया सीगा खेत वे, आ गया तू छेती तू तावना सीगा लेट वे, रोटी खा के बापू हुण गया सीगा खेत वे, धीरा कहिंदा अज नी ज्यौदी सजणी, भाना कहिंदा अज नी ज्यौदी सजणी, गाली उत्ते मेरे कर पियान धरती। फिर सारिया ने मैनू बन के सी कुटिया, तेरी बिम सुख अदमोई करती, सारिया ने मैनू बन के सी कुटिया, तेरी बिम सुख अदमोई करती, सारिया ने मैनू बन के सी कुटिया, तेरी बिम सुख अदमोई करती। चकनेठा कोई नहीं हैगा, तेनू चकन वाला अच्छा। चल छौरी उस्ताद जी किदा लगा छाऊंग? हाँ ठीक है, थोड़ी जी रियाज दी लोड़ है, तू तो भानो मेरे नाल प्रोग्राम लाया करेंगी। मैं नहीं उस्ताद जी, मैनू तां ओही संग लगदी आ जद स्टेज तर गाउण वाला गाउण वाली गाउंदे आ, शराबी गंदे गंदे जे सियारे करदे आ, नाले चुंडगां बढ़दे आ, मैनू तां शर्म आउंदी आ। पहला पहला जी औखा लगदा, फिर तां आदत पै जांदी आ। उस्ताद जी नाले मेरा भरा भाना कहिंदा सी, कहिंदा हुण झोने दा सीजन है, भाना कहिंदा होवे ना तां होवे अपनी टीम बना के 25-30 किले झोने दे ला दिंदे आ, जिन्ने उस्ताद जी आपां नूं पैसे बचणगे है ना, आपां दो छां करके यूट्यूब ते पावांगे। ठीक है, पर फिर लंबड़दार मैं बनू। तू बन जी, मैं कहड़ा तैनू किसे गल नूं कदे जवाब दित्ता। चलो एक अद्धा सांग होर कढ गया जी आपां। ਨੀ ਦੇਰ ਦੱਸ ਕਾ ਦੁਲਾਈ ਤੂੰ ਰਕਾਨੇ ਨੀ, ਪਹਿਲਾਂ ਵਾਂਗੂ ਸੌ ਸੌ ਤੂੰ ਲਾਏਂਗੀ ਬਹਾਨੇ ਨੀ, ਸਾਰਿਆਂ ਨੂੰ ਬਾਹਰ ਕੁੰਡਾ ਲਾਇਆ, ਨੀਂਦ ਦੀਆਂ ਗੋਲੀਆਂ ਚ ਪਲੀਤੇ ਹਾਰੀਆਂ, ਚੂਹੇ ਮਾਰ ਗੋਲੀਆਂ ਖਵਾਈਆਂ, ਚੂਹੇ ਮਾਰ ਗੋਲੀਆਂ ਖਵਾਈਆਂ। ਆ ਗਿਆ ਏ ਕੰਮ ਜਮਾ ਫਿੱਟ ਗੋਰੀਏ, ਆ ਗਿਆ ਏ ਕੰਮ ਪੂਰਾ ਫਿੱਟ ਗੋਰੀਏ, ਰੋਜ਼ ਰੋਜ਼ ਦਾ ਤੂੰ ਕੂੜ ਵੱਟਦਾ, ਸਾਰੇ ਟੱਬਰ ਨੂੰ ਕਰਦਾ ਤੂੰ ਚਿੱਤ ਗੋਰੀਏ, ਨਾਲੇ ਠੱਗੀ ਚੋਰੀ ਜਾਰੀ ਦਾ ਮਿਹਣਾ ਹੁੰਦਾ, ਆਪਦੇ ਕੰਮ ਤਾਂ ਕਾਹਦਾ ਮਿਹਣਾ ਹੁੰਦਾ, ਪ੍ਰੋਫੈਸ਼ਨ ਹੈ। ਨਾਲੇ ਪਿੰਡ ਚੋ ਬੰਦਾ ਕੋਈ ਕਹਿ ਦੇ ਬਈ ਭਾਨੋ ਗਲਤ ਆ, ਭਾਨੋ ਗਲਤ ਹੋ ਹੀ ਨੀ ਸਕਦੀ। ਜਾਣੀ ਬੀਬੀ ਜੀ ਲੱਗੀ ਜਾਂਦੀ ਆ। ਵੇ ਬਾਬਾ, ਬੇਬੀ ਬੂਬੀ ਨੀ, ਮੇਰਾ ਨਾਮ ਬੋਬੀ ਹੈ। ਵੇ ਤੂੰ ਕੀ ਬੋਲੀ ਜਾਂਦਾ, ਚੁੱਪ ਕਰ ਜਾ ਕਰ। ਦੇਖ ਭਾਈ ਬੋਬੀ, ਆਪਦਾ ਕੰਮ ਛੇਤੀ ਨਿਬੇੜ, ਮੈਂ ਜੀਤੋ ਨੂੰ ਗੁਰਦੁਆਰੇ ਭੇਜਾਂ ਫੇਰ। ਵੇਖ ਮਈ, 12 ਤਰੀਕ ਦੀ ਮੇਰੀ ਬਹੁਤ ਹੈਵੀ ਡੇਟ ਹੈ ਤੇ ਮੈਨੂੰ ਇੱਕ ਪ੍ਰੋਗਰਾਮ ਦੇ 10,000 ਰੁਪਏ ਮਿਲ ਰਹੇ ਨੇ। ਤੂੰ 10 ਦੀ ਥਾਂ ਚਾਹੇ 20 ਲੈ ਲਈ, ਪਹਿਲਾਂ ਸਾਡਾ ਕੰਮ ਕਰ ਤੂੰ। ਗੱਲ ਸੁਣ ਸ਼ੇਰਾ, ਵਧੀਆ ਵਧੀਆ ਹੈ ਨਾ, ਐਕਸ਼ਨ ਕਰੀ।
मैं ना ताकी बच दी दा थोड़ी रील बना के मोबाइल च पाउनी है। बाबा यूट्यूब ते जरूर पा दे। ये कुड़िए सानू नहीं पता टूपा टापा दा। आ फड़ समान ते आपदा काम कर। नजारा ता अद्धी बोतल पहले ही पी बैठा है। भग जा कर छेती देने। जा मेरा पुत्त। भग जा भग जा भग जा। ले ज्ञान करे हुन चक्की गई बार चोरुड़ी। ना तू इत्थे खड़ा की तपसरा करी जाना है। भग जा मगर बना ले रील जाके उना दी। मैनू तो मोबाइल भी कुड़ी वाला लब गया के। अच्छा चला इच बढ़िया रील बनूंगी। ए कितो नपीदा है। ए इत्थों नपीदा है। जा भग जा। चल पिया। बे भग जा हुण। पौड़ियां दे सिद्दियां पौड़ी चढ़ जाए। मर्दी लब जेंगी जट वर्गा यार नी थेवना। हैं तू क्यों आई है? जीतो किथे आ? वो तो बाहर गई है कोई कम। ठीक है रख दे तू जा। क्यों मैं तो डी साली नहीं की मेरे ना गल नहीं कर सकते। मैं हुण गलां दे मूड च नहीं हैगा। तू भग जा मैं बंदा बढ़िया नहीं। कल्ला पींदा चंगा लगदा साथी दी बहुत जरूरत हुंदी है। हैं तू बैग भी लाउनी है? मैं पी ए बाहर ली है। चल तेरे नाल पी लेना। ऊ दो पाती साली कम खराब करदी हुंदी है। ले पी लेना खड़ जा। ए जमी पानी भर गई है। नी कट कर निकल दी है। आए हाय ए जी कुछ पाना नहीं पैंदा। नहीं चेयर। हाय मैं लेव जाके कहना मैं सौंग वाला मैं कहते तीमी नाल दारू नहीं पीती हैगी अज तो पी लेने। मिठी जी दारू है आज ना देख मेरे कनी। कुछ काला। ले हुण आया परौना ऊट भर के नीचे। हुण तेरी जड़ कढ़ांगे। कमाल है बापू
तू अद्धी रात नू किधर तुरिया फिरदा है, है? मैं तैनू दसदा बलां सोहणियां लपटां आउंदियां इत्थों असल च ना शेरा मैं ना पेशाब करन उठिया सी। अच्छा आजा बैजा बापू। अच्छा बापू पैग लावेगा? ना पुत तेरी बीबी लड़ूगी। ओ बेबे बरा ता सारियां सुतियां पईयां ने, घंटा हो गया उनां नू, माड़ा जा ला लै। चल फिर अज ला लैने, अज खुशी भी नजारिया मैनू बहुत है। खुशी नू की होया? खुशी का बा 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 तेरे ना पैग लाउन दी। सदके बापू आजा फिर लै बापू। ए आ चक ए पानी आली लावेगा बापू के दूजी खारे आली? ए आ लागे देख बापू बोध का आ ए लावेगा। हाय हाय ठीक है देख ए ले पानी है नी? पानी है क्या ना बापू? लाओ बापू जी पैग। ला ला बापू मिठी है। बापू जी पहले मैनू ऐ दसो, बापू जी पहले मैनू ऐ दसो, आ लत्ते तेनू कर लो सेवा कर लैन दो। बापू जी दसो, बापू जेड़ी ओ डांसर सी तुसी मैनू माफता करता बापू जी? नहीं शेरा असल च ना गलती मेरी सी, मेरा ना ब्लड वध गया सी। तेरे ब्लड नू देखे बापू जी मेरा ब्लड वध गया है? जदो ना जदो मैं थोनू कुटिया मैं बाद च पछताया बहुत भी मना रब कुटता किसे गऊ दा जाया कुटता। बाबू मेरा तीन चार दिन जी नहीं लग्या, पता परसों मैं बहुत रोया बापू, इन्ना रोया मैं तो एक भगत कुटिया गया। फिर मेरा जी करे इन्ना हाथों नू मैं वड दिया। मेरा ये भी जी करे बाबू मैं खुद कशी कर ला। तू पुत कर लेंदा तू करी क्यों ना, मैं तेरे ते हैरान है। फिर बापू मैं सोचा तुसे कल्ले रह जाओगे, मेरे बिना सोडा है भी कौन है? जीतो दा बुरा हाल हो जाना सी, इसे करके बापू मैं कैंसर करता। बापू बापू मैं तेनु बहुत प्यार करता बापू, लंबा गला यार तू मेरी गल सुना, इना गलन छड मेरा पुत, ऐ कर तू मेरा शेर एक को हो मेनू पा दे, बस तू मेनू अपना यार सौरा समझ। बापू मैं तेनू यार जूर नी, मैं ता तेनू बापू जी रब समझदा, रब अपदा। बापू जी तू देवता बंदा है, बापू जी तू देवते बंदे हो। अच्छा बापू जी मैं के थोड़े ना सेल्फी लेनी चाहना यादगारी। सेल्फी ले लिया पापा जी, डैडी जी, बापू जी ले लो, पुत ले लो। रहन दो मैं आपदे वाले फोन ना लेना जी। ए हस पो बापू जी, बापू जी हस पो। कब्बे ने मेरी वीडियो बनाई है, सारा देख के मैं हल्ली जांदा है। चक चक। मैं ता बस कहता कि जट वर्गा बंदा पूरी दुनिया ते नहीं। बापू किथे भाग गया है? वे जीतो दे बापू किते नहीं कुसकदा। है स्टोर च भी है नी, है किथे भाग गया ओहो।
ਤੇਰਾ ਬੇੜਾ ਤੇਰਾ ਹੀ ਜਿੰਦਾ ਚੱਲ ਕਿੱਥੇ ਚੱਲ
राजकुमारा पानो मैं तेरे सुपने च इने चक्कर लाए देख कस के पवा रह गया हुण तक तू किथे सी चंद्रिया मेरा दिल नी लगदा हाण ते आ तेनू देखे ना मुटियार जदों मेरा दिल नी लगदा हाण ते आ तेनू देखे ना मुटियार जदों बस एदा ही हुंदा है हाण दिए हो जांदा है कद प्यार जदों मेरा जी नी लगदा हाण ते आ तेनू देखे ना इश्क दा पारू नी सिर चढ़ के तेरे बोल रहा तेरा हुस्न महक दे फुल वरगा पौणा विच महकां खोल रहा तेरा हुस्न महक दे फुल वरगा पौणा विच महकां खोल रहा हर सौदा लगदा है घाटे दा कर लईए इश्क व्यापार जदों मेरा दिल नी लगदा चंद्रिया गल सुन तेरी आवाज च बहुत दम है ते मेरे हुसन च बहुत दम है जे आपां दोवें पंजाब दे विच रल के खाड़े लाइए ता सरकारां वांगू आपां भी पंजाब नूं लुट लुट के खा जांगे नाले तैनूं नहीं पता मैं भी गैवी गवैये नाल गाउंदी रही हां ओ इक नंबर दा मलंग थरकिया हो आए ना के फिर भी मेरा उस्ताद है वैसे मैं उन्हूं अपने भरावां वांगू समझदी हां अच्छा पन्नो मैं तेरे नाल व्याह कराउणा चाहुंदा हाय व्याह तां मैं करा लांगी पर मेरे पाने भरा ने नहीं मनना पाने ने मैं तेनू चक के ले जाऊंगा चल जे फिर ये गल है मेरे भरा कोले आके ओदियां अखां च अखां पा के सिर चक के मेरे भरा तो मेरा हाथ मंग ले
ਠੀਕ ਆ ਭਾਨੋ, ਕਿੱਥੇ ਆ ਜੋ? ਪਤਾ ਨੀ ਤਾਂ ਸੱਥ ਚ ਹੋਣਾ, ਖਨੀ ਨਜ਼ਾਰੇ ਕੀ ਮੋਟਰ ਤੇ ਹੋਊ, ਪਤਾ ਨੀ ਕਿੱਥੇ ਫਿਰਦਾ ਹੋਣਾ, ਤੂੰ ਆਪ ਹੀ ਭਾਲ ਲੈ ਉਹਨੂੰ। ਏਦਾਂ ਕਰੀ ਹੱਥਾਂ ਨੂੰ ਮਹਿੰਦੀ ਲਾ ਕੇ ਰੱਖੀ, ਮੈਂ ਸਵੇਰੇ ਆਇਆ। ਲੁੱਚਾ ਭਾਨੋ। ਹਾਏ ਰੱਬ ਵਰਗਾ ਆਸਰਾ ਤੇਰਾ ਵੀ ਵਸਦਾ ਰਹੇ ਸੱਜਣਾ, ਮੇਰਾ ਦਿਲ ਕਹਿੰਦਾ ਸੀ ਤੁਸੀਂ ਜ਼ਰੂਰ ਆਓਗੇ, ਤੁਸੀਂ ਆਪਣੇ ਕੌਲ ਦੇ ਪੱਕੇ ਹੋ। ਗੱਲ ਸੁਣੋ ਭਾਨਾ ਘਰ ਹੀ ਆ, ਤੁਸੀਂ ਨਾ ਗੱਲ ਸੁਣੋ, ਅੱਖਾਂ ਚੱਖਾਂ ਪਾ ਕੇ ਗੱਲ ਕਰਿਓ, ਸ਼ੇਰ ਬਹਾਦਰ ਬੰਦੇ ਤਾਂ ਮੈਨੂੰ ਬਾਹਲੇ ਪਸੰਦ ਆ। ਮੈਂ ਜਾ ਕੇ ਬਾਰ ਭੇੜ ਦੀਆਂ ਜ਼ੋਰ ਨਾ ਖੜਕਾ, ਆਵਾਜ਼ ਮਾਰੀ ਚੰਗਾ ਦੱਸੀ ਨਾ, ਹਾਏ ਆਈ ਲਵ ਯੂ। ਲਵ ਯੂ ਟੂ। ਭਾਨਿਆ ਭਾਨਿਆ ਓ ਭਾਨਿਆ, ਓ ਕਿਹੜਾ ਭਈਆ? ਮੱਕੜ ਮਾਊ ਆ ਮੈਂ, ਮੱਕੜ ਮਾਊ। ਮੇਰੇ ਛਾਲੇ ਦੀ ਆਵਾਜ਼ ਆਈ ਜਾਂਦੀ ਆ ਬੱਦਾ ਦੀ ਦਈ, ਕਿਹੜਾ ਵਾ? ਅਸਰ ਨੀਵਾਂ ਕਰਕੇ ਗੱਲ ਕਰ ਸਾਲਿਆ। ਮੇਰਾ ਛੇਰ ਚਕਾਉਣ ਵਾਲਾ, ਇਸ ਧਰਤੀ ਤੇ ਕਿਸੇ ਮਾਂ ਨੇ ਸ਼ੇਰ ਬਹਾਦਰ ਨਹੀਂ ਜੰਮਿਆ। ਮੇਰੇ ਅੱਗੇ ਤਾਂ ਵੱਡੇ ਵੱਡੇ ਸਿਰ ਝੁਕਾ ਲੈਂਦੇ ਨੇ, ਤੂੰ ਕਿਹੜੇ ਬਾਗ ਦੀ ਮੂਲੀ ਆ? ਤੂੰ ਮੇਰੇ ਚੱਕਰ ਚੂੰਡੇ ਨੂੰ ਨੀ ਜਾਣਦਾ, ਤੂੰ ਮੈਨੂੰ ਨੀ ਜਾਣਦਾ, ਮੱਕੜ ਮਾਊ ਆ ਮੈਂ, ਮੱਕੜ ਮਾਊ। ਸਿਰ ਝੁਕਾ ਕੇ ਗੱਲ ਕਰ। ਕੌਣ ਆ ਤੂੰ? ਮੱਕੜ ਮਾਊ। ਕੀ ਲੈਣ ਆਇਆ? ਭਾਨਾ ਨੂੰ ਪਿਆਰ ਕਰਦਾ। ਛਾਡੀ ਭਾਨਾ ਨੂੰ? ਛਾਡੀ ਭਾਨੇ ਨੂੰ ਗਲਤ ਕਹਿੰਦਾ। ਤੇਰਾ ਛਾਲਾ ਗੇਟ ਮੁੜਿਆ ਜਾ, ਤੂੰ ਹੁੰਨਾ ਕੌਣ ਹੈ? ਤੇਰਾ ਜੀਜਾ। ਭਾਨਾ ਨੂੰ ਬਹੁਤ ਪਿਆਰ ਕਰਦਾ ਤੇ ਭਾਨੋ ਮੈਨੂੰ ਬਹੁਤ ਪਿਆਰ ਕਰਦੀ ਆ, ਅਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਬਣਾਂਗੇ। ਮੇਰਿਆ ਛਾਲਿਆ, ਮੇਰਿਆ ਛਾਲਿਆ, ਤੂੰ ਸਾਡੀ ਭਾਨੇ ਦਾ ਸਹਾਰਾ ਬਣੇਗਾ, ਤੂੰ ਛਕੇ ਪਿਓ ਦੀ ਅਰਥੀ ਨੂੰ ਤਾਂ ਮੋਢਾ ਦੇ ਨਹੀਂ ਸਕਦਾ, ਭਾਨੇ ਦਾ ਸਹਾਰਾ ਤੂੰ ਕੀ ਬਣੇਗਾ? ਅਸੀਂ ਜਨਮਾਂ ਜਨਮਾਂ ਦੇ ਸਾਥੀ ਆ। ਤੇਰੇ ਜਨਮਾਂ ਜਨਮਾਂ ਦਾ ਤਾਂ ਮੈਂ ਕਰੂੰ ਚੱਕਰ ਚੁੰਡਾ, ਤੈਨੂੰ ਮੈਂ ਦੱਸਦਾ ਕਿਸੇ ਦੀ ਬੁੜੀ ਕੁੜੀ ਨੂੰ ਕਿਵੇਂ ਛੇੜੀ ਦੇ। ਸਾਡੀ ਭਾਨੇ ਨੂੰ, ਸਾਡੀ ਭਾਨੇ ਨੂੰ, ਛੱਡ ਦੇ ਮੇਰੀ ਭਾਨਾ ਮਾਰਤਾ। ਬਹੁਤ 108 ਨਾਲੇ ਬੰਬੂਲੈਂਸ ਨੂੰ ਫੋਨ ਕਰ ਦੇ। ਓਏ ਬੰਬੂਲੈਂਸ ਨਹੀਂ ਐਂਬੂਲੈਂਸ ਹੁੰਦੀ ਹੈ, 108 ਤੇ ਫੋਨ ਕਰਿਆ ਤੇ ਉਹਨਾਂ ਨੇ ਚੱਕਿਆ ਨਹੀਂ ਹੈਗਾ, ਆ ਤੈਨੂੰ 210 ਤੇ ਲੈ ਕੇ ਜਾ ਰਿਹਾ। ਅੱਛਾ ਨਾਲੇ ਰਾਤ ਹੈ ਬਾਕਾ ਬੜਾ ਘੈਂਟ ਕਰਿਆ। ਵਾਕਾ ਉਹ ਬਾਪੂ ਕੁੜੀ ਠੀਕ ਨਹੀਂ ਸੀ? ਹਾਂ ਉਹ ਤਾਂ ਮੈਨੂੰ ਪਤਾ ਠੀਕ ਨਹੀਂ ਹੈ, ਮੈਂ ਉਹਦੇ ਲੱਛਣ ਮਾਰੇ ਸੀ। ਦਾਰੂ ਵੀ ਪੀਤੀ ਹੈ? ਉਹ ਦਾਰੂ ਵੀ ਪੀਂਦੀ ਆ, ਇਹ ਤਾਂ ਉਹਦੇ ਲੱਛਣਾਂ ਤੋਂ ਲੱਗਦਾ ਸੀ। ਮੈਨੂੰ ਪਤਾ ਨੀ ਕਮਰੇ ਚ ਕਿਵੇਂ ਲੱਗੀ। ਮੱਕਰ ਚੋਂ ਕਿੱਧਰ ਲੈ ਚੱਲਿਆ ਰਾਤ ਜੀ ਇਹਨੂੰ? ਕੁੜੀ ਖੜੀ ਕਾਲੀ ਡਾਕਟਰ ਕੋਲੇ ਲੈ ਜਾ। ਉਹ ਬਾਈ ਇਹਦਾ ਜਵਾਈ ਕਿੰਨਾ ਚੰਗਾ। ਬਾਪੂ ਮਨ ਚਾਹੇ ਨਾ ਮਨ, ਤੂੰ ਡਾਂਸ ਵਾਲਾ ਘੈਂਟ ਕਰਦਾ, ਉਹਦੀਆਂ ਜਦੋਂ ਬਾਹਾਂ ਚ ਬਾਹਾਂ ਪਾ ਕੇ ਨੱਚ ਰਿਹਾ ਸੀ ਨਾ, ਬਹੁਤ ਸੋਹਣਾ ਲੱਗਦਾ ਸੀ। ਮੈਨੂੰ ਨਚਾ ਵੀ ਗਈ, ਹੁਣ ਮੈਂ ਸੱਤ ਚ ਕਿਵੇਂ ਜਾਊਂਗਾ, ਮੇਰੀ ਤਾਂ ਬਦਨਾਮੀ ਹੋ ਗਈ। ਉਹ ਬਾਪੂ ਜਿਹੜਾ ਬੰਦਾ ਸੱਚਾ ਉਹਨੂੰ ਬਦਨਾਮੀ ਬਦਨਾਮੀ ਤੋਂ ਨਹੀਂ ਡਰਨਾ ਚਾਹੀਦਾ। ਹਾਂ ਹਾਂ ਬੁੱਤ, ਮੈਨੂੰ ਗਲੂਕੋਜ ਲਵਾ ਦੇ, 4-5 ਟੀਕੇ ਤਾਕਤ ਦੇ ਲਵਾ ਦੇ। ਹਾਏ ਰੱਬਾ ਯਾਰ, ਡਾਂਸਰ ਲਿਆਂਦੀ ਕਾਹਦੇ ਵਾਸਤੇ, ਘਰ ਹੋਰ ਹੀ ਕੁਛ ਗਈ, ਮੈਂ ਤਾਂ ਕੰਜਰੀ ਦੀ ਚਲਾਕੀ ਤੇ ਹੈਰਾਨ ਹੈ। ਹਾਏ ਹਾਏ ਬੇ, ਉਹ ਤਾਂ ਮੈਂ ਤੇਰੀ ਗੱਲ ਸਮਝਦੀ ਆ, ਉਹ ਤਾਂ ਉਹੀ ਕੁੱਤੇ ਵਾਂਗ ਭੌਂਕਦਾ, ਕੋਈ ਮੈਨੂੰ ਪੂਰੇ ਜ਼ਿਲ੍ਹੇ ਚ ਕਹਿ ਦੇ ਵੀ ਭਾਨਾ ਗਲਤ ਆ, ਭਾਨਾ ਗਲਤ ਹੋ ਹੀ ਨਹੀਂ ਸਕਦੀ। ਚੱਲ ਤੂੰ ਫੋਨ ਕੱਟ, ਮੈਂ ਪੰਚਾਇਤ ਚ ਪਹੁੰਚ ਗਿਆ, ਫੇਰ ਗੱਲ ਕਰਾਂਗੇ। ਮੈਂ ਮਾਰੂ ਸਿੱਤਰ ਮੇਰੇ ਪਿਓ ਦੇ ਸਾਲੇ ਦੇ। ਵੇ ਦਰਸ਼ਨਾ, ਵੇ ਦਰਸ਼ਨਾ, ਵੇ ਦਰਸ਼ਨਾ, ਕੀ ਗੱਲ ਬੋਲਦਾ ਨੀ, ਨਹਾਏ ਖੜਾ। ਅੱਛਾ ਤੈਨੂੰ ਜ਼ੁਕਾਮ ਲੱਗ ਗਿਆ ਸੀ, ਮੈਨੂੰ ਲੱਗਦਾ ਯੋਗਾ ਕਰਦਾ, ਉਹ ਬਾਬਾ ਰਾਮਦੇਵ ਵਾਲਾ ਲੁਆਂਗ ਬਲੁਆਂਗ ਕਰਦਾ ਲੱਗਦਾ। ਹਾਏ ਓ ਭੂਆ,
ਲਫੇੜਾ ਮਾਰੂ ਭੂਆ, ਕੱਲ ਦੀ ਜਵਾਕੜੀਆਂ ਹੈ ਸਿਓਠੀ ਦੀਦੀ ਆ। ਹੱਥ ਤੇਰੇ ਦਰੀਪ ਸਿੰਘ ਵਰਗੇ ਛੋਟੀ ਦੀਦੀ ਕੇ। ਉਹ ਮਿਸ ਭਾਨੋ, ਮੈਂ ਤਾਂ ਇਹ ਕਹਿੰਦਾ ਕਿਉਂ ਪੋਚੇ ਦੇ ਜਾਂਦੀ ਆ, ਮਰਿਆ ਹੋਇਆ ਉਹ। ਓਏ ਬਾਹਾਂ ਵੱਡੀਆਂ ਮਗਰ ਨੀ ਭੱਜਦਾ ਤੇਰੇ ਇਹ, ਇਹਨੂੰ ਕੀ ਹੋ ਗਿਆ? ਉਹ ਦਾਜ ਦਾ ਲੋਭੀ ਹੈ, ਦਾਜ ਪਿੱਛੇ ਉਹਦੇ ਘਰ ਵਾਲੀ ਸਾੜਤੀ, ਪਿਸਤੌਲੋ ਗੁੰਡੀ ਨੂੰ ਲੱਗ ਗਿਆ ਪਤਾ, ਉਹਨੇ ਸੋਤਾ। ਫਿਰ ਪਿਓ ਤੇ ਮਾਂ ਇਹਦੇ ਭੱਜੇ ਫਿਰਦੇ ਆ, ਛੱਡਦੀ ਉਹਨਾਂ ਨੂੰ ਵੀ ਨੀ। ਖਾਨਦਾਨ ਦਾ ਖਾਨਦਾਨ ਖਤਮ ਕਰ ਦਿੰਦੀ ਆ ਤਾਂ। ਲੈ ਪਿਸਤੌਲੋ ਗੁੰਡੀ ਦਾ ਕਰਕੇ ਆਪਣੇ ਇਲਾਕੇ ਦੀ ਹਰੇਕ ਧੀ ਭੈਣ ਸੁਰੱਖਸ ਤਾਂ ਮਿੰਦਰ ਕੇ ਦਰਸ਼ਨ ਕਾ ਕੱਢਤਾ ਦਵਾਲਾ ਮਾਰ ਡਾਲਾ ਮਾਰ ਡਾਲਾ ਮਾਰ ਦਿੱਤਾ ਮੇਰੇ ਯਾਰ ਦਰਸ਼ਨ ਨੂੰ ਮਾਰ ਦਿੱਤਾ ਮਾਰ ਦਿੱਤਾ ਮਾਰ ਦਿੱਤਾ ਮੇਰੇ ਯਾਰ ਦਰਸ਼ਨ ਨੂੰ ਮਾਰ ਦਿੱਤਾ ਦਿਨ ਦੇ ਦੁਪਹਿਰੇ ਜਵਾਨੀ ਦੇ ਪੈਰੇ ਮਾਰ ਦਿੱਤਾ ਮਾਰ ਦਿੱਤਾ ਮੇਰੇ ਯਾਰ ਦਰਸ਼ਨ ਨੂੰ ਮਾਰ ਦਿੱਤਾ ਮਾਰ ਦਿੱਤਾ ਮਾਰ ਦਿੱਤਾ ਮੇਰੇ ਯਾਰ ਦਰਸ਼ਨ ਨੂੰ ਮਾਰ ਦਿੱਤਾ ਮਾਰ ਦਿੱਤਾ ਮਾਰ ਦਿੱਤਾ ਮੇਰੇ ਯਾਰ ਦਰਸ਼ਨ ਨੂੰ ਮਾਰ ਦਿੱਤਾ। ਹੈਲੋ ਸਤਿ ਸ਼੍ਰੀ ਅਕਾਲ ਚਾਚੀ ਬੋਲਦੀ ਆ। ਖਬਰਦਾਰ ਜੇ ਮੈਨੂੰ ਮੁੜ ਕੇ ਫੋਨ ਕੀਤਾ ਤਾਂ ਨੀ ਜਿਹੜੀਆਂ ਚਾਰ ਕ ਬੋਦਰੀਆਂ ਨੇ ਉਹ ਵੀ ਪੱਟ ਕੇ ਹੱਥ 'ਚ ਫੜਾ ਦੂੰ ਤੇਰੇ ਮੈਂ। ਹੈਂ ਨੀ ਤਾਂ ਮੇਰੇ ਨਾਲ ਚੰਗੀ ਕੀਤੀ ਨਾ ਗੱਲ ਸੁਣਨੀ? ਉਹ ਛੋਕਰੀ ਨੂੰ ਜਿਹੜੀ ਨੂੰ ਭੇਜਿਆ ਸੀ ਸਾਡੇ ਘਰੇ, ਉਹ ਕਿਹੜਾ ਕੰਮ ਭੇਜੀ ਸੀ ਤੂੰ? ਨੀ ਮੈਂ ਕੀ ਕਰਾਉਣਾ ਸੀ ਕਰੀ, ਉਹ ਕਿਹੜੇ ਚੱਜ ਜਾਂਦੀ ਸੀ ਤਾਂ ਮੇਰਾ ਘਰ ਪੱਟਣ ਤੇ ਤੁਲੀ ਪਈ ਸੀ। ਚਾਚੀ ਤੂੰ ਘਬਰਾ ਨਾ, ਉਹਦੀ ਕੋਈ ਗਲਤੀ ਨੀ, ਜੋ ਵੀ ਕੁਛ ਕੀਤਾ ਤੁਹਾਡੇ ਜਵਾਈ ਨੇ ਕੀਤਾ। ਆਹੋ ਫਿਰ ਮੈਂ ਤਾਂ ਦੱਸਤਾ ਸਾਰਾ ਕੁਛ, ਤੈਨੂੰ ਤੁਹਾਡੇ ਜਵਾਈ ਦੀ ਗਲਤੀ ਆ ਚਾਚੀ ਸਾਰੀ। ਬੂ ਮੈਂ ਮੱਚ ਗਈ, ਓਏ ਹਾਏ ਨੀ ਜਾਇ ਵੱਡੀ ਤੇ ਨੇ ਹੋਰ ਹੀ ਕੰਮ ਕਰਾਤਾ ਸੀ ਮੈਥੋਂ। ਨੀ ਮੈਂ ਦਰਵੇਸ਼ ਬੰਦੇ ਨੂੰ ਕੁੱਟਿਆ, ਨਾਲੇ ਉਹ ਤੇਰੀ ਬੋਬੀ ਬੂਬੀ ਨੂੰ ਭੰਨ ਸੱਟਿਆ ਮੈਂ ਤਾਂ। ਯਾਰ ਚਾਚੀ ਉਹ ਤਾਂ ਵਿਚਾਰੀ ਮੋਸਾ ਬਚੀ ਭੱਜ ਕੇ, ਜੇ ਤੁਹਾਡੇ ਟੱਬਰ ਦੇ ਡਿੱਕੇ ਆ ਜਾਂਦੇ ਹੈ ਤੁਸੀਂ ਤਾਂ ਕੁੱਟ ਕੁੱਟ ਕੇ ਕੁੜੀ ਮਾਰ ਦੇਣੀ ਸੀ। ਮੈਂ ਆਪਦੇ ਮਾਮੇ ਨੂੰ ਐਡੀ ਕੁੜੀ ਕਿੱਥੋਂ ਲਿਆ ਕੇ ਦਿੰਦੀ? ਚੱਲ ਕੋਈ ਨੀ ਚਾਚੀ, ਜਿਹੜਾ ਕੁਛ ਹੋਣਾ ਸੀ ਹੋ ਗਿਆ, ਹੁਣ ਤੂੰ ਆਏ ਦੱਸ ਤੇਰਾ ਜਵਾਈ ਕਿਵੇਂ ਆ? ਹਾਏ ਨੀ ਭਾਨੋ, ਨੀ ਕਿਉਂ ਮੇਰੀ ਦੁੱਖ ਦੀ ਰਗ ਤੇ ਹੱਥ ਧਰਦੀ ਆ? ਕਿਉਂ ਹੱਥ ਧਰਦੀ ਆ? ਨੀ ਉਤਰੇ ਨੇ ਤਪਾ ਲੇ, ਅਸੀਂ ਤਾਂ ਮਰਨਾ ਨਾ ਮਰੇ ਨਾ ਮੰਜੀ ਛੱਡ। ਚੱਲ ਕੋਈ ਨਾ ਚਾਚੀ, ਜਿਹੜਾ ਕੁਛ ਹੋਣਾ ਸੀ ਉਹ ਤਾਂ ਗਿਆ ਹੋ, ਇਸ ਗੱਲਾਂ ਨੂੰ ਛੱਡ। ਮੇਰੇ ਹੱਥ 'ਚ ਇੱਕ ਹੋਰ ਕੁੜੀ ਆ, ਪਿਸਤੌਲੋ ਗੁੰਡੀ, ਹੋਰ ਤਾਂ ਬਾਹਾਂ ਵੱਢ ਦਿੰਦੀ ਆ। ਤੇ ਉਪਿੰਦਰ ਕਾ ਦਰਸ਼ਨ ਨੀ ਜਿਹੜਾ ਪਰਸੋਂ ਮਾਰਿਆ? ਆਹੋ ਮੈਨੂੰ ਮਿਲਿਆ ਸੀ, ਉਹਦੇ ਹੱਥ ਨੇ ਮਾਰਿਆ ਪਰਸੋਂ, ਤੇ ਹੋਰ ਦੋਹੇ ਬਾਹਾਂ ਵੱਢ ਕੇ ਉਹਨੂੰ ਮਾਰਤਾ। ਹਾਏ ਹਾਏ, ਉਹ ਤਾਂ ਆਹ ਜਿਹੜੀਆਂ ਜਨਵਾਨੀਆਂ ਨੂੰ ਬੰਦੇ ਕੁੱਟਦੇ ਆ ਉਹਨਾਂ ਤੇ ਤਾਂ ਉਹ ਬੋਹਲਾ ਹੀ ਲੱਗਦੀ ਆ। ਨਾਲੇ ਤੁਹਾਡਾ ਇੱਕ ਰੁਪਈਆ ਨਹੀਂ ਲੱਗਣ ਦਿੰਦੀ ਚਾਚੀ, ਮੈਂ ਕਰਦੀ ਆ ਉਹਦੇ ਨਾਲ ਗੱਲ ਤੇ ਤੁਹਾਡਾ ਸਾਰਾ ਮਸਲਾ ਹੱਲ ਹੋ ਜਾਊ। ਨੀ ਪਾਨੋ, ਜੇ ਤੂੰ ਮੇਰਾ ਇਹ ਕੰਮ ਕਰਦੇ ਨਾ, ਨੀ ਤੈਨੂੰ 40 ਖੰਡ ਪਾਠਾਂ ਜਿੰਨਾ ਪੁੰਨ ਲੱਗੇ। ਜੇ ਤੂੰ ਮੇਰੇ ਵਰਗੀ ਗਾਂ ਨੂੰ ਗਾਰੇ 'ਚ ਫਸੀ ਹੋਈ ਨੂੰ ਬਾਹਰ ਕੱਢ ਦੇ। ਨੀ ਪਾਨੋ ਮੇਰੀ ਗੱਲ ਸੁਣ ਲੈ, ਤੂੰ ਹੀ ਮੇਰੀ ਬੇੜੀ ਬੰਨੇ ਲਾ ਸਕਦੀ ਆ ਹੁਣ ਤਾਂ। ਨਾਲੇ ਪੂਰੀ ਦੁਨੀਆ 'ਚ ਕੋਈ ਵੀ ਬੰਦਾ ਕਹਿਦਾ ਵੀ ਭਾਨੋ ਗਲਤ, ਭਾਨੋ ਗਲਤ ਹੋ ਹੀ ਨਹੀਂ ਸਕਦੀ। ਯਾਰ ਮੈਂ ਵੀ ਕਹਾਂ ਵੀ ਭਾਨੋ ਇਸ ਵਾਰ ਗਲਤ ਕਿਵੇਂ ਹੋ ਗਈ? ਹੁਣੇ ਜਾ ਕੇ ਕਰਦੀ ਆ ਗੱਲਬਾਤ ਤੇ ਚੱਕ ਦਿੰਦੀ ਆ ਚਾਉਂਟੇ। ਚੰਗਾ ਫਿਰ ਭੁੱਲੀ ਨਾ ਧੀ ਬਣ ਕੇ। ਹਾਂ ਸਤਿ ਸ਼੍ਰੀ ਅਕਾਲ ਭਾਨੋ। ਚੰਗਾ ਨਾਲੇ ਲੀੜਾ ਲੈ ਜੀ ਭੈਣੇ ਕੁੜੀ ਦੇ, ਨਾਲੇ ਅਸੀਂ ਕੀ ਕਰਨੀ ਆ ਕੁੱਤੇ ਝੱਗੀਆਂ ਜੀਆਂ, ਅਸੀਂ ਤਾਂ ਕਦੇ ਆਪਦੇ ਕੁੱਤਿਆਂ ਦੇ ਨਾ ਪਾਈਏ ਇਹੋ ਜਿਹੇ ਕੱਪੜੇ। ਕੋਈ ਨਾ ਲੈ ਜਾਨੀ ਆ ਚਾਚੀ, ਗੁੱਸਾ ਨਾ ਕਰੀ। ਨਾ ਗੁੱਸਾ ਕਾਹਦਾ, ਮੈਨੂੰ ਕੀ ਪਤਾ ਸੀ, ਨਹੀਂ ਸਾਡਾ ਤਾਂ ਪਰਾਉਣਾ ਹੀ ਚੰਦਰ ਹੈ। ਚਲ ਕੋਈ ਨਾ ਚਾਚੀ ਕਰਦੀ ਆ ਗੱਲ। ਹਾਂ ਚੰਗਾ ਚੰਗਾ ਫਿਰ ਭਾਨੋ। ਓਕੇ ਹਾਂ ਲੈ ਹੁਣ ਭੱਜ ਲਈ ਪੁੱਤਾ, ਕਿੱਥੇ ਭੱਜੇਗਾ ਤੂੰ। ਗਰਮੀ ਵੀ ਬਹੁਤ ਹੈ, ਤੁਰਿਆ ਕਿਹੜਾ ਜਾ ਰਿਹਾ ਹੈਗਾ, ਦੇਖੋ ਕੋਈ ਆਉਂਦਾ ਹੋਵੇ। ਆਮਤਰਾ ਹਾਏ ਮੈਨੂੰ ਲੈ ਚੱਲੋ, ਮੈਨੂੰ ਲੈ ਚੱਲੋ, ਹਾਏ ਮੈਂ ਤਾਂ ਕੱਲੀ ਕਿਹੜੀ ਜਾਣੇ, ਤਾਂ ਮਸਟੰਡੇ ਜੇ ਲੱਗਦੇ ਆ। ਚੱਲੋ ਤੁਸੀਂ ਚੱਲੋ, ਫੰਟਾਸਟਿਕ, ਕੀ ਕਰੀਏ ਜਵਾਨੇ ਇਹੋ ਜਿਹਾ ਆ ਗਿਆ।
ਜੇ ਬੱਸ 'ਚ ਚੜ੍ਹਦੇ ਹੈ ਤਾਂ ਲੀੜੇ ਪਾੜਦੇ ਹੈ, ਜੇ ਮਹਿੰਗੀ ਬੱਸ ਚੜ੍ਹਦੇ ਹੈ ਤਾਂ ਬੰਦੇ ਮਾਰਦੀ ਹੈ, ਬੰਦਾ ਜਾਵੇ ਤਾਂ ਜਾਵੇ ਦੱਸ ਕਿੱਧਰ, ਕੋਈ ਨਾ ਕੋਈ ਆਉਂਦਾ ਹੋਵੇ। ਬਸ ਕਿੰਨਾ ਸੋਹਣਾ ਮੁੰਡਾ, ਮੇਰਾ ਬੁਆਏ ਫਰੈਂਡ ਹੋਵੇ। ਸਤਿ ਸ਼੍ਰੀ ਅਕਾਲ ਭੂਆ। ਭੂਆ ਨੀ, ਮੈਂ ਤੇਰੀ ਮੈਡਮ ਲੱਗਦੀ ਹਾਂ। ਬੈ ਗੱਲ ਸੁਣ, ਤੂੰ ਭਲਾ ਬਲਵਿੰਦਰ ਦਾ ਮੁੰਡਾ? ਨਹੀਂ ਨਹੀਂ ਭੂਆ, ਤੈਨੂੰ ਕੋਈ ਭੁਲੇਖਾ ਲੱਗਦਾ? ਓਹੀ ਨੈਣ, ਓਹੀ ਨਾਕਸ, ਓਹੀ ਪੱਗ, ਓਹੀ ਬੋਲ ਚਾਲਣ, ਤੂੰ ਬਲਵਿੰਦਰ ਵੜਕੇ ਦਾ ਮੁੰਡਾ ਨੀ? ਓ ਨਹੀਂ ਭੂਆ, ਮੈਂ ਤਾਂ ਕੁਲਦੀਪ ਦਾ ਮੁੰਡਾ। ਬੇ ਬਸ ਫੇਰ ਤੂੰ ਬਲਵਿੰਦਰ ਦਾ ਹੀ ਆ, ਪੱਕਾ ਹੀ ਬਲਵਿੰਦਰ ਦਾ। ਓ ਨਹੀਂ ਭੂਆ, ਮੈਂ ਨੀ ਤੈਨੂੰ ਬਿਠਾਉਂਦਾ, ਐਵੀਂ ਗੱਲਾਂ ਬਣ ਜਾਣਗੀਆਂ। ਗੱਲਾਂ ਬਣ ਜਾਣਗੀਆਂ, ਕੋਈ ਕਹਿ ਦੂ ਭਾਨ ਗਲਤ, ਭਾਨ ਗਲਤ ਹੋਇਆ ਹੀ ਨੀ ਸਕਦੀ। ਮੈਂ ਕਾਲਜ ਜਾਣਾ, ਲੇਟ ਹੁੰਦਾ। ਕਾਲਜ ਨੂੰ ਤੂੰ ਗਾਹ ਹੋਮ ਗਾਰਡ ਚ ਲੱਗਣਾ, ਤੂੰ ਬੈਠ ਪਿੱਛੇ, ਮੈਂ ਚਲਾਉਣੀ ਆ। ਕੋਈ ਨੀ ਕੋਈ ਨੀ, ਬੈਠ। ਪਸਤੋਲੋ ਗੁੰਡੀ ਨਾਂ ਹੈ ਮੇਰਾ, ਔਰਤਾਂ ਤੇ ਜ਼ੁਲਮ ਕਰਨ ਵਾਲੇ ਸਾਰੇ ਮੇਰੇ ਦੁਸ਼ਮਣ ਨੇ। ਇੰਨੇ ਤਾਂ ਅਸਮਾਨ 'ਚ ਤਾਰੇ ਵੀ ਨਹੀਂ ਹੋਣੇ, ਜਿੰਨਿਆਂ ਨੂੰ ਮੈਂ ਸਬਕ ਸਿਖਾ ਚੁੱਕੀ ਹਾਂ। ਮੇਰੀ ਤਾਂ ਅਖਬਾਰ 'ਚ ਬੰਦਾ ਫੋਟੋ ਦੇਖ ਲੈ ਨਾ, ਉਹ ਵੀ ਕੰਬਣ ਲੱਗ ਜਾਂਦਾ। ਇਸ ਮਰਦ ਪ੍ਰਧਾਨ ਸਮਾਜ ਦੇ ਠੇਕੇਦਾਰਾਂ ਨੂੰ ਹੁਣ ਪਤਾ ਲੱਗੂਗਾ ਕਿ ਪਸਤੋਲੋ ਗੁੰਡੀ ਕੌਣ ਹੈ। ਉਸ ਕੁੜੀ ਦਾ ਸਿਰਫ ਇੰਨਾ ਕਸੂਰ ਸੀ ਕਿ ਉਹਨੇ ਤੇਰੇ ਨਾਲ ਫਰੈਂਡਸ਼ਿਪ ਨਹੀਂ ਕੀਤੀ? ਕਮਲਪ੍ਰੀਤ ਕੌਰ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਜਿਹਦੀ ਤੂੰ ਅੱਖਾਂ ਦੀ ਨਿਗਾਹ ਖੋਲੀ, ਜਿਹਦੀ ਤੂੰ ਅੱਖਾਂ ਦੀ ਨਿਗਾਹ ਖੋਲੀ, ਜਿਹਦੀ ਤੂੰ ਅੱਖਾਂ ਦੀ ਨਿਗਾਹ ਖੋਲੀ। ਤੇਰੇ ਵਰਗੇ ਨਸ਼ੇੜੀਆਂ ਨੂੰ ਨਾ। ਇਹੀ ਪਾਇਆ ਸੀ ਨਾ ਉਹਦੇ ਤੇ। ਭੂਆ ਆ ਕਿੱਥੇ ਲੈ ਆਈ? ਬੇ ਚੁੱਪ ਕਰ ਜਾ, ਇਹ ਪਸਤੋਲੋ ਗੁੰਡੀ ਦਾ ਅੱਡਾ। ਭੂਆ ਆ ਪਾਣੀ ਜਿਹਾ ਕਿਉਂ ਪਾਈ ਜਾਂਦੀ ਆ? ਬੇ ਚੁੱਪ ਕਰ ਜਾ, ਚੁੱਪ ਕਰ ਜਾ, ਪਾਣੀ ਨੀ ਤੇਜ਼ਾਬ ਪਾਉਂਦੀ ਆ। ਉਹ ਵਿਚਾਰਾ ਮੁੰਡਾ ਤਾਂ ਤੜਫ ਤੜਫ ਮਰ ਜੂ। ਲੈ, ਜਦੋਂ ਇਹ ਮੁੰਡੇ ਕੁੜੀਆਂ ਤੇ ਤੇਜ਼ਾਬ ਪਾਉਂਦੇ ਆ, ਕੁੜੀਆਂ ਵੀ ਆਈ ਤੜਫ ਤੜਫ ਕੇ ਮਰਦੀਆਂ, ਉਹਨਾਂ ਦੀ ਜ਼ਿੰਦਗੀ ਬਰਬਾਦ ਕਰਦੇ ਆ। ਪਸਤੋਲੋ ਗੁੰਡੀ ਦਾ ਤਾਂ ਆਈ ਹੈ, ਜਿਹੋ ਜਿਹਾ ਕੋਈ ਕੁੜੀ ਨਾ ਕਰਦਾ ਉਹੋ ਜਿਹੀ ਪਸਤੋਲੋ ਗੁੰਡੀ ਕਰਦੀ ਆ। ਆਹੋ, ਤੂੰ ਬਾਲਾ ਨਾ ਬੋਲੀ, ਉਹਦਾ ਸੁਭਾਅ ਬਾਲਾ ਗਰਮ ਹੈ। ਆਹੋ ਦੀਦੀ, ਸਤਿ ਸ਼੍ਰੀ ਅਕਾਲ। ਭਾਨੋ, ਆ ਕੀ ਜਲੂਸ ਕੱਢਿਆ ਹੋਇਆ, ਆ ਕੀ ਨਾਲੇ ਤੂੰ ਕੁੱਤੇ ਝੱਗੀ ਜੀ ਪਾਈ ਹੋਈ ਹੈ? ਦੀਦੀ, ਅੱਜ ਕੱਲ੍ਹ ਡਿਜ਼ਾਇਨ ਚੱਲਦੇ ਪਏ ਆ ਇਹ, ਨਾਲੇ ਨਾ ਮੇਰੀ ਕੈਸਟ ਆ ਰਹੀ ਹੈ, ਇਸ ਕਰਕੇ ਮੈਂ ਕਟਿੰਗ ਕਰਾਈ ਹੈ ਗੈਵੀ ਗਵਈਏ ਨਾਲ। ਆ ਮੁੰਡਾ ਕੌਣ ਹੈ? ਦਫਾ ਕਰ ਇਹਨੂੰ ਇੱਥੋਂ। ਇਹ ਮੇਰਾ ਫਰੈਂਡ ਹੈ। ਨਹੀਂ ਨਹੀਂ, ਇਹ ਮੇਰਾ ਭਤੀਜਾ, ਬੰਦਾ ਸਿਆਣਾ ਇਹ। ਦੀਦੀ, ਮੈਂ ਨਾ ਤੇਰੇ ਕੋਲੇ ਕੰਮ ਆਈ ਹਾਂ। ਇੱਕ ਉਹ ਨਜ਼ਾਰਾ ਸਿੰਘ ਨੀ ਹੈਗਾ ਜਿਹੜਾ? ਹਾਂ ਹਾਂ, ਨਜ਼ਾਰਾ ਸਿੰਘ ਨੇ ਨਾ ਦੀਦੀ ਸਾਰਾ ਟੱਬਰ ਤਪਾ ਰੱਖਿਆ, ਸੱਸ ਵੀ ਮਰ ਕੇ ਬਚੀ ਆ, ਨਾਲੇ ਨਾ ਦੀਦੀ ਤੂੰ ਆਪ ਵੀ ਕੱਲ ਦਾ ਸੂਰਜ ਨਜ਼ਾਰਾ ਸਿੰਘ ਨਹੀਂ ਦੇਖੂਗਾ। ਤੂੰ ਜਾ, ਤੇਰਾ ਕੰਮ ਹੋ ਜੂ। ਠੀਕ ਹੈ ਦੀਦੀ। ਵੀਰੇ, ਤੂੰ ਇਹ ਤਾਂ ਉਹੀ ਫਰਿਸ਼ਤਾ ਹੈ ਜਿਹਨੇ ਮੇਰੀ ਇੱਜ਼ਤ ਬਚਾਈ ਸੀ। ਮੈਨੂੰ ਮਾਫ ਕਰ ਦੇ ਵੀਰੇ, ਗਲਤੀ ਹੋ ਗਈ, ਮੈਨੂੰ ਮਾਫ ਕਰ ਦੇ, ਮਾਫ ਕਰ ਦੇ ਵੀਰੇ ਮੈਨੂੰ।
ਮੈਂ ਸਾਰੀ ਦਾਰੂ ਡੋਲਤੀ। ਤੇਰਾ ਬਹੁਤ ਬਹੁਤ ਧੰਨਵਾਦ ਵੀਰੇ, ਤੂੰ ਮੇਰੀ ਇੱਜ਼ਤ ਬਚਾਈ। ਇੱਜ਼ਤ? ਜਦ ਵੀਰ ਹੀ ਕਹਿਤਾ ਫਿਰ ਧੰਨਵਾਦ ਕਿਸ ਗੱਲ ਦਾ? ਕੌਣ ਨੇ ਇਹ? ਮੰਤਰੀ ਦੇ ਮੁੰਡੇ ਨੇ ਗਰੀਬ ਘਰ ਦੀ ਕੁੜੀ ਦਾ ਰੇਪ ਕਰਕੇ ਆਪਣੇ ਫਾਰਮ ਹਾਊਸ 'ਚ ਦੱਬਤਾ, ਤੇ ਮੈਂ ਇਹਨਾਂ ਖਿਲਾਫ਼ ਅਖ਼ਬਾਰ ਦੇ ਵਿੱਚ ਲਿਖਿਆ ਸੀ। ਭੈਣ ਬਣ ਕੇ ਮੇਰੀ ਕਿਤੇ ਦਾਰੂ ਦੀ ਖ਼ਬਰ ਨਾ ਛਾਪਦੀ। ਮੰਤਰੀ ਦੇ ਮੁੰਡੇ ਸਾਲਿਓ, ਤੁਹਾਡਾ ਬੁੜਾ ਪੰਜਾਬ ਲੁੱਟ ਲੁੱਟ ਕੇ ਖਾ ਗਿਆ, ਜਿਉਂਦਾ ਨਹੀਂ ਛੱਡਦਾ ਅੱਜ। ਭੈਣੇ ਹੱਥ ਫੜਾ, ਭੱਜ ਲਾ। ਇੱਥੇ ਹਰ ਬੰਦਾ ਤੰਗ ਆਇਆ ਪਿਆ ਗੰਦੇ ਸਿਸਟਮ ਤੋਂ। ਹੈਂ, ਲੀਡਰਾਂ ਨੇ ਲੁੱਟ ਲੁੱਟ ਕੇ ਪੰਜਾਬ ਨੂੰ ਗਰੀਬ ਕਰਤਾ, ਪੰਜਾਬ ਨੂੰ ਵਿਦੇਸ਼ੀਆਂ ਨੇ ਲੁੱਟਿਆ, ਆਪਣਿਆਂ ਨੇ ਲੁੱਟਣ ਦੀ ਕੋਈ ਕਸਰ ਨਹੀਂ ਛੱਡੀ, ਪਰ ਮੁੱਕਿਆ ਫਿਰ ਵੀ ਨਹੀਂ। ਧੀਆਂ ਘਰ ਰਹਿ ਕੇ ਵੀ ਤਾਂ ਸੁਰੱਖਿਅਤ ਨਹੀਂ। ਇੱਥੇ ਕੋਈ ਵੀ ਸੁਰੱਖਿਅਤ ਨਹੀਂ, ਪਰ ਮੈਨੂੰ ਇਹ ਦੱਸੋ ਬਈ ਤੁਸੀਂ ਇਹ ਜਿਹੜਾ ਮਰਦਾਂ ਨੂੰ ਸੁਧਾਰਨ ਦਾ ਰਾਹ ਕਿਉਂ ਚੁਣਿਆ? ਮੰਨਿਆ ਮਰਦ ਕੁੱਤੇ ਦੀ ਪੂਛ ਨੇ, ਪਰ ਪਿਸਤੌਲੋ ਦੇ ਡਰ ਨਾਲ ਸਾਰੇ ਕੰਬਦੇ ਨੇ। ਨਾ ਮੈਨੂੰ ਇਹ ਦੱਸੋ ਬਈ ਮਰਦ ਕੀ ਗੁਨਾਹ ਕਰਦਾ ਹੈ? ਔਰਤ ਨੂੰ ਪੈਰ ਦੀ ਜੁੱਤੀ ਸਮਝਦਾ, ਚਾਰ ਦੀਵਾਰੀ ਚ ਕੈਦ ਕਰਕੇ ਰੱਖਦਾ, ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਦਾ। ਬਿਲਕੁਲ ਗਲਤ, ਕੁੜੀਆਂ ਮਾਰ ਚ ਸਭ ਤੋਂ ਵੱਡਾ ਔਰਤ ਦਾ ਹੱਥ ਹੈ। ਔਰਤ ਜਾਤ ਹੀ ਔਰ ਜਾਤੀ ਸਭ ਤੋਂ ਵੱਡੀ ਦੁਸ਼ਮਣ ਹੈ, ਇਸੇ ਕਰਕੇ ਮਰਦੇ ਪੈਰ ਦੀ ਜੁੱਤੀ ਰਹੀ ਹੈ। ਮਰਦ ਸਮਾਜ ਪ੍ਰਧਾਨ ਨੇ ਉਹਨੂੰ ਦਿੱਤਾ ਹੀ ਕੀ ਹੈ? ਤੜਪ, ਧੋਖਾ, ਬੇਵਫਾਈ, ਜਲਾਲਤ। ਨਾ ਕੀ ਗੱਲ, ਔਰਤਾਂ ਬੇਵਫਾਈ ਨਹੀਂ ਕਰਦੀਆਂ, ਔਰਤਾਂ ਧੋਖਾ ਨਹੀਂ ਕਰਦੀਆਂ। ਸੁੱਤੀ ਪਈ ਸੱਸੀ ਨੂੰ ਪੁੰਨੂ ਛੱਡ ਗਿਆ ਸੀ। ਸਹਿਬਾਂ ਬਾਰੇ ਵੀ ਦੱਸ ਦਿਓ ਜਿਹਨੇ ਮਿਰਜ ਦੇ ਤੀਰ ਤੋੜ ਕੇ ਮਰਵਾਤਾਤੀ। ਭਰਾਵਾਂ ਨੂੰ ਮਰਦਾ ਹੋਇਆ ਕੌਣ ਭੈਣ ਦੇਖ ਸਕਦੀ? ਫਿਰ ਨਿਕਲ ਗਈ ਮਰੂਦ ਲੈਣ ਨੂੰ ਤੀ। ਹੈਂ, ਰਾਂਝੇ ਤੋਂ 12 ਸਾਲ ਮੱਝੀਆਂ ਚਰਾਈਆਂ ਹੀਰ ਨੇ, ਆਪ ਡੋਲੀ ਵੇਲੇ ਕਿਸੇ ਹੋਰ ਦੀ ਹੋ ਗਈ, ਜਿਹੜੀ ਵਿਆਹੀ ਬਰੀ ਹੋ ਕੇ ਆਪਦੇ ਖਸਮ ਨੂੰ ਛੱਡ ਕੇ ਕਿਸੇ ਹੋਰ ਕੋਲ ਜਾਂਦੀ ਤੀ, ਜਿਹੜੀ ਆਪਦੇ ਖਸਮ ਦੀ ਨਹੀਂ ਹੋਈ ਉਹ ਹੋਰ ਕਿਸੇ ਦੀ ਕੀ ਹੋਜੂ? ਇਸ ਸਮਾਜ ਨੇ ਹਮੇਸ਼ਾ ਔਰਤਾਂ ਨਾਲ ਵਿਤਕਰਾ ਰੱਖਿਆ। ਪਰ ਮੇਰੀ ਗੱਲ ਤਾਂ ਸੁਣੋ ਤੁਸੀਂ, ਉਹ ਕਮਾਲ ਦੀ ਗੱਲ ਹੈ, ਮੈਂ ਤੁਹਾਨੂੰ ਕਿਵੇਂ ਸਮਝਾਵਾਂ ਬਈ, ਵੂਮੈਨ ਸੈੱਲ ਦੇ ਵਿੱਚ ਸਭ ਤੋਂ ਵੱਧ ਔਰਤਾਂ ਦੀ ਸੁਣੀ ਜਾਂਦੀ ਹੈ। ਕੈਨੇਡਾ ਵਿੱਚ ਔਰਤਾਂ ਮੂਹਰੇ ਨੇ, ਸਰਕਾਰੇ ਦਰਬਾਰੇ ਔਰਤਾਂ ਮੂਹਰੇ ਨੇ। ਮਰਦ ਮਰਦ ਵਿਚਾਰਾ ਸਾਰੀ ਜ਼ਿੰਦਗੀ ਸੌਦਾ ਢੋਂਦਾ ਰਹਿੰਦਾ, ਤੇ ਔਰਤਾਂ ਫੋਨ ਕਰਕੇ ਬੰਦੇ ਦੀ ਮੱਤ ਮਾਰ ਕੇ ਰੱਖਦੀਆਂ ਨੇ, ਕਿੱਥੇ ਗਿਆ ਸੀ, ਕਿੱਧਰ ਗਿਆ ਸੀ, ਕਿਉਂ ਗਿਆ ਸੀ, ਇੰਨਾ ਟਾਈਮ ਲੱਗਦਾ, ਕਿੱਥੇ ਹੈ, ਕਿਹਦਾ ਹੈ, ਕਿਉਂ ਹੈ, ਮੱਤ ਮਾਰ ਕੇ ਰੱਖਦੀਆਂ ਨੇ ਉਹਦੀ। ਸਹੀ ਹੁੰਦਾ, ਹਰ ਬੰਦੇ ਦੀ ਬਾਹਰ ਸਹੇਲੀ ਹੁੰਦੀ ਹੈ, ਹੋਟਲਾਂ 'ਚ ਜਾਂਦੇ ਨੇ, ਘੁੰਮਦੇ ਨੇ, ਖਾਂਦੇ ਨੇ, ਕੀ ਇਹ ਧੋਖਾ ਨਹੀਂ? ਨਾ ਕੀ ਗੱਲ, ਸਾਰੀ ਜ਼ਿੰਦਗੀ ਇੱਕੋ ਸ਼ਕਲ ਦੇਖੀ ਜਾਣ, ਬੰਦਾ ਬਾਹਰ ਲੈਕਸ ਵੀ ਨਾ ਹੋਵੇ। ਮਰਦ ਨੇ ਔਰਤ ਨੂੰ ਬੱਚੇ ਜੰਮਣ ਵਾਲੀ ਮਸ਼ੀਨ ਸਮਝਿਆ ਹੋਇਆ, ਜੇ ਔਰਤ ਜਾਤ ਨੇ ਏਕਾ ਕਰ ਲਿਆ ਨਾ, ਬੱਚੇ ਜੰਮਣੇ ਬੰਦ ਕਰਤੇ, ਫਿਰ ਕੀ ਕਰੋਗੇ? ਕੋਈ ਹੋਰ ਹੀਲਾ ਕਰਾਂਗੇ, ਵੈਸੇ ਅੱਜ ਕੱਲ ਤਾਂ ਟਿਊਬਾਂ 'ਚ ਜੰਮ ਰਹੇ ਨੇ ਬੱਚੇ। ਇੱਥੇ ਔਰਤਾਂ ਨਾਲ ਬਲਾਤਕਾਰ ਹੁੰਦੇ ਨੇ ਤੇ ਇਸ ਦੇ ਜ਼ਿੰਮੇਵਾਰ ਸਿਰਫ ਮਰਦ ਨੇ। ਮਰਦ ਨਹੀਂ, ਔਰਤਾਂ ਨੇ, ਐਡੇ ਐਡੇ ਘੱਟ ਕੱਪੜੇ ਪਾਉਣਗੀਆਂ, ਇਹੋ ਜਿਹੇ ਭੈੜੇ ਫੈਸ਼ਨ ਕਰਨਗੀਆਂ, ਬੰਦਾ ਦੱਸ ਕੀ ਕਰੇ? ਉਹ ਸਿਰ ਤੇ ਦੁਪੱਟਾ ਹੋਵੇ, ਹੈ, ਬੰਦਾ ਨੀਵੀਂ ਪਾ ਲੈਂਦਾ ਵੀ ਚੰਗੇ ਖਾਨਦਾਨ ਦੀ, ਚੰਗੇ ਘਰਾਣੇ ਦੀ ਧੀ ਭੈਣ ਜਾ ਰਹੀ ਹੈ, ਅਗਲਾ ਕੋਲ ਦੀ ਲੰਘ ਜਾਂਦਾ। ਪਰ ਇੱਥੇ ਔਰਤਾਂ ਇਹੋ ਜਿਹੇ ਭੈੜੇ ਫੈਸ਼ਨ ਕਰਦੀਆਂ ਨੇ ਹਰ ਜਗ੍ਹਾ ਤੇ, ਮਰਦ ਨਹੀਂ ਸਹੀ ਹੁੰਦਾ ਤੇ ਕਈ ਜਗ੍ਹਾ ਤੇ ਔਰਤਾਂ ਵੀ ਸਹੀ ਨਹੀਂ ਹੁੰਦੀਆਂ। ਔਰਤ ਬਿਨਾਂ ਮਰਦ ਅਧੂਰਾ ਹੈ ਤੇ ਮਰਦ ਬਿਨਾਂ ਔਰਤ ਅਧੂਰੀ ਹੈ, ਸਮਝੇ? ਸਹੀ ਕਹਿਣਾ ਵੀਰੇ ਤੂੰ, ਇਹਨੂੰ ਇੱਜ਼ਤ ਨਾਲ ਛੱਡਿਓ। ਉਹ ਭੈਣੇ ਮੇਰੀ ਗੱਲ ਸੁਣ, ਤੂੰ ਵੀ ਕੋਈ ਵਧੀਆ ਜਿਹਾ ਪਿਸਤੌਲ, ਮੇਰਾ ਮਤਲਬ ਬੰਦਾ ਲੱਭ ਕੇ ਵਿਆਹ ਕਰਾ ਲੈ, ਠੀਕ ਹੈ ਨਾ? ਇੱਜ਼ਤ ਨਾਲ ਛੱਡਿਓ, ਨਾਲੇ ਗੱਲ ਸੁਣੋ, ਮੈਂ ਆਪੀ ਵਗ ਜੂੰਗਾ। ਆ ਜਾਓ ਮੇਰੇ ਨੇੜੇ, ਆ ਜਾਓ ਉਰੇ, ਆ ਜਾਓ, ਆ ਜਾਓ, ਆ ਜਾਓ, ਆ ਜਾਓ, ਆ ਜਾਓ। ਅਸੀਂ ਏਦੋਂ ਵੱਧ ਨੇੜੇ ਨਹੀਂ ਹੁੰਦੀਆਂ। ਆ ਜਾ ਇੱਥੇ। ਰੇਲ ਦਵਾ ਦਾ ਬਾਜੇ, ਇਹ ਨਾ ਹੋਵੇ ਕਿਤੇ ਭਾਨੇ ਹੋੜੀ ਮਗਰ ਆ ਜਾਣ। ਭੱਜ ਕੇ ਭਲਾ ਮੈਰਿਜ ਤਾਂ ਕਰਾ ਲਈ। ਗੱਲ ਸੁਣੋ, ਆਪਾਂ ਨਾ ਸਿਮਲੇ ਚੱਲਾਂਗੇ, 6 ਮਹੀਨਿਆਂ ਬਾਅਦ ਆ ਜਾਂਗੇ। ਠੀਕ, ਜਦੋਂ ਆ ਕੇ ਘਰੇ ਤਾਂ ਤੂੰ ਘਰ ਜਵਾਈ ਬਣ ਕੇ ਰਹੀ, ਢੀਠ ਬਣ ਜੀ, ਨਜ਼ਾਰਾ ਨੀ ਜਿਹੜਾ ਦੇਖ ਲਾ, ਢੀਠ ਜਵਾਈ ਬਣ ਕੇ ਘਰੇ ਰਹਿੰਦਾ, ਉਹਦੇ ਨਾਲ ਕਿੰਨੀ ਕੁੱਤੇ ਖਾਣੀ ਹੁੰਦੀ ਆ, ਹਿਲਦਾ ਹੀ ਨੀ, ਉਵੇਂ ਭਾਨਾ ਤੈਨੂੰ ਗੋਲਾਂ ਕੱਢੇ, ਤੇਰੇ ਛਿੱਤਰ ਫੇਰ, ਤੂੰ ਕਰੋ ਨਾ ਜਾਈ। ਕੋਈ ਨਾ, ਪੁਤਲੇ ਮਨੋ ਤੁਹਾਨੂੰ ਮੈਂ ਵੀ ਕੁੱਟਿਆ ਕਰੂੰਗੀ ਕਦੇ ਕਦੇ। ਕੋਈ ਨਾ, ਕੁੱਟਲੀ ਭਾਨਾ ਜੀ। ਟ੍ਰੇਨ ਆ ਗਈ, ਟ੍ਰੇਨ, ਤੁਹਾਨੂੰ ਚੱਕਾਂਗੇ ਟਰੰਕ ਨੂੰ, ਟਰੰਕ ਨੂੰ ਚੱਕ, ਟਰੰਕ ਨੂੰ, ਚਲ ਭੱਜ ਲੋ, ਭੱਜ ਲੋ, ਫੇਰ ਰੋਕ ਲਾ ਮੇਰੇ ਪਿਓ ਦੀ ਰਨ ਨੂੰ, ਮੈਂ ਸਾਨੂੰ ਬਾਲਾ, ਮੈਂ ਰੋਕ ਲਾਂਗਾ ਤਾਂ ਕਰਦਾ, ਲਾ ਚੜ ਜਾ, ਭੱਜ ਕੇ ਚੜ ਜਾ, ਚੜ ਜਾ, ਟਰੰਕ ਚ ਰੱਖ ਲੈ, ਪਰ ਜਿੱਤ ਚੜ ਜਾ, ਪਰ ਚੜ ਜਾ, ਚੱਲ ਤੋਰ ਲਾ। ਗਿਆਨ ਕੁਰੇ ਪਿੰਡ ਵਾਲੇ ਮਾੜਾ ਜਿਹਾ ਡਰਾਮਾ ਕਰ ਲੈ।
ਮੈਂ ਤਾਂ ਮਖੌਲ ਨਹੀਂ ਜਾਂਦੀ ਇਹੋ ਜਿਹੇ ਦੀ। ਤੇਰੀ ਮਾਂ ਤੈਨੂੰ ਵਾਜਾ ਮਾਰੀ ਜਾਂਦੀ ਮੈਂ ਤਾਂ ਬਸ ਕਹਿਤਾ ਕਿ ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ। ਜੱਟ ਜਿਹਾ ਬੰਦਾ ਪੂਰੀ ਦੁਨੀਆ ਤੇ ਨਹੀਂ। ਮੈਂ ਕਿਹਾ ਜੱਟ ਜਿਹਾ ਬੰਦਾ ਪੂਰੀ ਦੁਨੀਆ ਤੇ ਨਹੀਂ।